ਸ੍ਰੀ ਉਹਨਾਂ ਨੇ ਜ਼ਿਆਦਾ ਚਲਾਈ, ਵੇਗ ਤਾਂ ਵੇਗ ਤੇਗ ਵੀ ਚਲਾਈ, ਮਹਾਰਾਜ ਨੇ ਤੇਗ ਵੀ ਚਲਾਈ, ਤੇਗ ਵੀ ਉਹਨਾਂ ਦੀ ਚੱਲਦੀ, ਜਿੱਥੇ ਜਿੱਥੇ ਸਥਾਨ ਹੈ ਉਹਨਾਂ ਤੇਗ ਚੱਲਦੀ। ਦਸਵੇਂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਜਿਹੜੀ ਮੋਹਰ ਸੀ ਇੱਦਾਂ ਲਾਉਂਦੇ ਸੀ, ਉਹਦੇ 'ਤੇ ਲਿਖਿਆ ਸੀ ਦੇਗ ਤੇਗ ਫਤਿਹ ਨੁਸਰਤ ਬੇਦ ਰਮਜਾ ਨਾਨਕ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਜੀ ਸਹਾਇਕ। ਇਹ ਮੋਹਰ ਉਹਨਾਂ ਦੀ ਸੀ, ਉੱਥੇ ਦੇਗ ਮੋਹਰੇ ਲਿਖੀ ਸਭ ਤੋਂ ਪਹਿਲਾਂ ਦੇਗ ਲੰਗਰ। ਜਾਂ ਬੁੱਲੇ ਸ਼ਾਹ ਜੀ ਗਏ ਅਨੰਦਪੁਰ ਸਾਹਿਬ, ਇਹ ਦਸਵੇਂ ਪਾਤਸ਼ਾਹ ਜੀ ਦੇ ਟਾਈਮ 'ਤੇ ਹੋਏ। ਬੁੱਲੇ ਸ਼ਾਹ ਬੜੇ ਕਮਾਈ ਵਾਲੇ ਪੁਰਸ ਸੀਗੇ, ਪਰਮੇਸ਼ਰ ਨਾਲ ਹੀ ਮਿਲੇ। ਜਦੋਂ ਗਏ ਤਾਂ ਉੱਥੇ ਆਨੰਦਗੜ੍ਹ ਦਾ ਕਿਲਾ ਬਣ ਗਿਆ, ਉੱਥੇ ਰੌਲਾ ਪਾਉਣਾ, ਉਹ ਪਤਾ ਸਿੰਘ ਜੀ ਲੰਗਰ ਛਕ ਲਓ, ਕਿੰਨੀ ਪ੍ਰਸ਼ਾਦੇ ਨਹੀਂ ਛਕੇ, ਪ੍ਰਸ਼ਾਦੇ ਛਕੂ ਭਾਈ ਬਾਪੂ ਲਈ ਸ਼ਾਹ ਨੇ ਪਹਿਲਾਂ ਪ੍ਰਸ਼ਾਦਾ ਛਕਿਆ, ਪ੍ਰਸ਼ਾਦਾ ਛਕ ਕੇ ਆਨੰਦ ਹੋ ਗਿਆ, ਲੈ ਵੇਖ ਅੰਦਰ ਵਧੀਆ ਆ ਜਾਈਦਾ ਸਥਾਨਾਂ 'ਤੇ ਜੀ। ਫਿਰ ਕੀਰਤਨ ਸੁਣਿਆ ਉਹਨੇ, ਪਰੇ ਰਾਗੀ ਲੱਗੀ ਉਹਦੀ, ਕੁਛ ਦੁਨੀਆਂ ਲੋਕ ਉੱਧਰ ਬੈਠੇ ਸੀ, ਫਿਰ ਕੀਰਤਨ ਸੁਣ ਕੇ ਉੱਧਰੋਂ ਉੱਠਿਆ ਤਾਂ ਬਾਹਰ ਕਿਲਾ ਲਿਆਓ ਬਈ, ਲਿਆ ਚੱਕ ਲਿਆ, ਦਾਰਾ ਚੱਕ ਲਿਆ, ਉਹ ਲਿਆਓ ਇੱਟਾਂ ਫੜਾਓ ਬਈ, ਉਹ ਬਈ ਇੱਧਰ ਲਿਆਓ ਸਮਾਨ। ਬੁੱਲੇ ਸ਼ਾਹ ਨੇ ਕਿਹਾ ਵੀ ਠੀਕ ਹੈ, ਪ੍ਰਸ਼ਾਦਾ ਛਕ ਕੇ ਸਰੀਰ ਨੂੰ ਵੀ ਤੰਦਰੁਸਤ ਰੱਖਣ ਵਾਸਤੇ ਸੇਵਾ ਲਾਈਏ, ਅਤੇ ਬਾਕੀ ਆਤਮਾ ਦੀ ਸ਼ਾਂਤੀ ਵਾਸਤੇ ਲੰਗਰ ਇੱਧਰ ਲੱਗਾ, ਗੁਰੂ ਨਾਨਕ ਦੀ ਬਾਣੀ ਚੱਲ ਰਹੀ, ਕੀਰਤਨ ਚੱਲ ਰਹੀ। ਬੁੱਲੇ ਸ਼ਾਹ ਨੇ ਲਿਖਿਆ ਵੀ ਇੱਟ ਖੜ ਕੇ ਗੁਰਪੜ ਵੱਜੇ, ਨਾਲੇ ਤੱਪੇ ਚੁੱਲ੍ਹਾ, ਇਹਨੀ ਗੱਲੀ ਰੱਬ ਰਾਜੀ ਨਾਲੇ ਰਾਜੀ ਬੁੱਲਾ। ਕਹਿੰਦਾ ਇਹ ਚੀਜ਼ਾਂ ਗੁਰਦੁਆਰੇ ਅਤੇ ਧਾਰਮਿਕ ਸਥਾਨਾਂ 'ਤੇ ਹੋਣੀਆਂ ਚਾਹੀਦੀਆਂ, ਇੱਟਾਂ ਵੀ ਲੱਗਣੀਆਂ ਚਾਹੀਦੀਆਂ ਅਤੇ ਤਬਲਾ ਵੀ ਖੜਕਣਾ ਚਾਹੀਦਾ, ਨਾਲੇ ਤਵਾ ਚੁੱਲ੍ਹਾ ਵੀ ਤਪਣਾ ਚਾਹੀਦਾ, ਇਹਨੇ ਵੀ ਆਇਆਂ ਨੂੰ ਕੁਛ ਪੁੱਛੇ ਹੀ। ਇਹ ਤਿੰਨ ਗੱਲਾਂ ਵੀ ਕਿਹਾ ਸਥਾਨਾਂ 'ਤੇ ਜ਼ਰੂਰੀ ਆ, ਇਹਨਾਂ ਗੱਲਾਂ 'ਚ ਰੱਬ ਵੀ ਰਾਜੀ, ਅਸੀਂ ਵੀ ਰਾਜੀ। ਦੌੜ ਤੋਂ ਬੁੱਲੇ ਸ਼ਾਹ ਆਉਂਦੇ ਸੀ, ਰਾਤੇ ਵੀ ਇੱਥੇ ਢੋਲ ਭੱਜੇ, ਬੜੀ ਦੁਨੀਆਂ ਇਕੱਠੀ ਹੋਈ, ਉਹਨੇ ਕਿਹਾ ਢੋਲ ਤਾਂ ਨਹੀਂ ਵੱਜਦਾ। ਉਹ ਕਹਿੰਦੇ ਜੀ ਇੱਥੇ ਮਹਾਂਪੁਰਸ਼ ਹੋਏ ਆ, ਬੰਦਗੀ ਵਾਲੇ ਉਹਨਾਂ ਦੀ ਅੱਜ ਬਸਤੀ ਆ, ਢੋਲਾਂ ਵਾਲੇ ਢੋਲ ਕਰਕਾ ਰਹੇ ਆ, ਸੌ ਦਾ ਵੇਚਣਾ ਰਹੇ, ਆਪਾਂ ਸੌ ਦਾ ਵੇਚ ਰਹੇ, ਢੋਲਾਂ ਦਾ ਸਮਾਂ ਕਰ ਰਹੇ। ਬੁੱਲੇ ਸ਼ਾਹ ਨੇ ਫਿਰ ਕਿਹਾ, ਕਹਿੰਦਾ ਸਿਦਕ ਮਾਨਾਂ ਦੀਆਂ ਗੋਰਾਂ ਉੱਤੇ ਦੇਣ ਅਗਾਹੀਆਂ ਚਮ, ਕਹਿੰਦੇ ਚਮ ਗਵਾਹੀ ਦਿੰਦੇ ਅਤੇ ਮਹਾਂਪੁਰਸ਼ ਹੋਏ, ਜਿਹੜੇ ਸਿਦਕ ਭਰੋਸੇ ਵਾਲੇ ਬੰਦੇ ਹੋਏ ਆ ਉਹਨਾਂ ਦੀਆਂ ਕਬਰਾਂ 'ਤੇ ਲੋਕ ਢੋਲ ਖੜਕਾਉਂਦੇ ਆ, ਸਿਦਕ ਮਾਨਾਂ ਦੀਆਂ ਗੋਰਾਂ ਉੱਤੇ ਦੇਣ ਅਗਾਹੀਆਂ ਚਮ, ਬੇਸਿਦਕਾਂ ਦੀਆਂ ਗੋਰਾਂ ਉੱਤੇ ਲੱਖਾਂ ਦਮ ਨਾ ਆਵਣ ਕੰਮ। ਜਿਹੜੇ ਬੇਸਿਦਕੇ ਮਰ ਗਏ ਸੀਗੀਆਂ ਕਬਰਾਂ ਪੁੱਛਦਾ, ਕਹਿੰਦੇ ਕੋਈ ਨਹੀਂ ਪੁੱਛਦਾ, ਤੋਲਦੇ ਹੀ ਚਲੇਗਾ। ਜਿਹੜੇ ਸਿਰਕ ਭਰੋਸੇ ਵਾਲੇ ਰੱਬ 'ਤੇ ਵਿਸ਼ਵਾਸ ਰੱਖਣ ਵਾਲੇ ਬੰਦੇ ਉਹਨਾਂ ਨੂੰ ਜਾ ਜਾ ਕੇ ਦੁਨੀਆਂ ਚੇਤੇ ਕਰਦੀ, ਲੈ ਵੀ ਆਹ ਬੰਦੇ ਕਿਸੇ ਸਮੇਂ 'ਤੇ ਹੋਏ। ਅਮਰੀਕਾ ਵਾਲਿਆਂ ਨੇ ਮੰਗਿਆ ਹਰੀ ਸਿੰਘ ਨਲੂਏ ਦਾ ਬੁੱਤ, ਸਾਨੂੰ ਦਿਓ ਵੀ ਅਸੀਂ ਵਾਈਟ ਹਾਊਸ ਦੇ ਸਾਹਮਣੇ ਲਾਉਣਾ। ਦੁਨੀਆਂ ਦਾ ਇੱਕੋ ਇੱਕ ਜਰਨੈਲ ਹੋਇਆ ਜਿਹਨੇ ਫਰਾਂਸ ਨਾਲ ਫਤਿਹ ਕੀਤਾ, ਨਾ ਰੂਸ ਤੋਂ ਫਤਿਹ ਹੋਇਆ ਨਾ ਅਮਰੀਕਾ ਤੋਂ ਫਤਿਹ ਹੋਇਆ। ਇਹ ਦੇ ਰਹੇ ਆ ਮੇਰਾ ਖਿਆਲ ਲਾਉਣਗੇ ਹੁਣ ਵਾਈਟ ਹਾਊਸ ਦੇ ਸਾਹਮਣੇ ਹਰੀ ਸਿੰਘ ਨਲੂਏ ਦਾ। ਇਹ ਗੁਰੂ ਨਾਨਕ ਦੇ ਸਿੱਖਾਂ ਦੀ ਮਹਾਨਤਾ ਸੀ, ਕਿਸੇ ਦੇ ਰੋਪੜ ਦਾ ਫੈਸਲਾ ਹੋਇਆ, ਅੰਗਰੇਜ਼ ਡਰਦਾ ਸੀ ਤੈਨੂੰ ਮੂੰਹ ਕੀਤਾ ਨਹੀਂ ਜਿੰਨਾ ਚਿਰ ਮਾੜਾ ਹਜੇ ਰਹਿਣਾ, ਬਾਬਰ ਬਹੁਤ ਸੀ ਇਹਨਾਂ ਚਾਹਦੇ। ਹਰੀ ਸਿੰਘ ਨਲੂਏ ਹੁਣੇ ਨਾਲ ਸੀਗੇ ਇੱਥੇ, ਫੈਸਲਾ ਰੋਪੜ ਦੇ ਪਾਲੇ ਪਾਸੇ ਹੋਣਾ ਸੀ, ਉਹਲੇ ਪਾਸੇ ਪਾਠਗੜੀਏ ਸਰਦਾਰਾਂ ਦੇ ਰਾਤ ਰਿਹਾ ਸਾਰਾ ਦੇਸ਼, ਸਵੇਰੇ ਗਿਆ ਉੱਥੇ ਬੜੇ ਬੜੇ ਮਸ਼ਹਿਰੇ ਹਰੀ ਸਿੰਘ ਨਲੂਏ ਉਹਨਾਂ ਦੇ ਆ ਗੋਲ ਕੀਤੀ, ਉਹ ਅੱਡੇ ਅੱਡੇ ਦਾੜੇ ਅੰਦਰੇ ਵਿੱਚੋਂ ਗੋਰਾ ਉੱਠਿਆ ਉਹਨਾਂ ਦਾ, ਉਹਨੇ ਆ ਕੇ ਮੇਰੇ ਕੰਨ 'ਚ ਕਿਹਾ ਜੀ ਗੱਲਬਾਤ ਹੋਣੀ, ਜੇ ਸਾਨੂੰ ਸੱਦਿਆ ਕਿਉਂ ਨਹੀਂ ਹੋਣੀ। ਕਹਿੰਦੇ ਆ ਬੰਦੇ ਪਹਿਲਾਂ ਠਾਲ ਬਾਹ, ਜਿਹੜੇ ਸਾਨੂੰ ਡਰ ਲੱਗਦਾ ਵੀ ਇਹ ਗੱਲਬਾਤ ਪਬਲਿਕਾਂ ਦੇ ਸਾਹਮਣੇ ਤਾਂ ਹੋਣੀ ਨਹੀਂ, ਇਹਨਾਂ ਬੰਦਿਆਂ ਨੂੰ ਬੇਨਤੀ ਕਰਕੇ ਜਿਹੜਾ ਬਾਹਰ ਕਰ ਦਿਓ ਮਹਾਰਾਜੇ, ਉਹਨਾਂ ਕੱਲੇ ਅੰਦਰ ਬਹਿ ਜਾਣ, ਇਹ ਗੱਲਬਾਤ ਹੋ ਜਾਵੇ। ਮਹਾਰਾਜ ਹਰੀ ਸਿੰਘ ਨਲੂਏ ਉਹਨਾਂ ਨੂੰ ਬਾਹਰ ਕੀਤਾ ਤਾਂ ਗੱਲ ਅੰਗਰੇਜ਼ਾਂ ਨੇ ਕੀਤੀ, ਗੱਲੇ ਹੀ ਨਾ ਹੋਵੇ, ਕਹਿੰਦੇ ਇਹਨਾਂ ਬੰਦਿਆਂ ਤੋਂ ਸਾਨੂੰ ਡਰ ਲੱਗਦਾ। ਫਿਰ ਉਹਨੇ ਕਿਹਾ ਜਾਂ ਗੱਲਬਾਤ ਹੋ ਗਈ,
ਕਹਿੰਦੇ ਤੁਹਾਡੇ ਤੋਂ ਯੋਧੇ ਬੜੇ ਦੱਸਦੇ ਆ, ਕਿਸੇ ਦਰਸ਼ਨ ਕਰਾ ਦਿਓ। ਕਹਿੰਦੇ ਖਰਾਬ ਹਰੀ ਜੀ ਅਰਜੁਨ ਨੇ ਕਿਹਾ ਵੀ ਕੋਈ ਸਾਨੂੰ ਨਹੀਂ ਕਿਹਾ ਸਾਨੂੰ ਤਰਾ ਵਿਖਾ ਲਓ ਕੋਈ ਇਹਨਾਂ ਦਾ ਜ਼ੋਰ। ਕਹਿੰਦੇ ਲੱਕੜੀਆਂ ਢੇਰ ਚੰਗੇ ਇਹਨੂੰ ਅੱਗ ਅੱਗ ਲਾ ਕੇ ਨਲੂਏ ਉਹਨੇ ਘੋੜੇ 'ਤੇ ਚੜ੍ਹ ਗਏ, ਘੋੜਿਆਂ ਦੇ ਪੌੜਾਂ ਨਾਲ ਅੱਗ ਖਿਲਾਰ ਦਿੱਤੀ। ਉਹਦੀ ਲੱਭੀ ਨੇ ਅੱਗ ਗਈ ਕਿੱਥੇ, ਗੋਰਿਆਂ ਨੇ ਕਿਹਾ ਵੀ ਕਿੱਥੇ ਪੈਰ ਲੱਗਦੇ। ਫੇਰ ਉਹਨੇ ਕਿਹਾ ਕੰਧ ਬਣਾਓ ਇੱਕ 12 ਫੁੱਟ ਲੱਭੀ, ਸ਼ਾਇਦ 1.5 ਫੁੱਟ ਚੌੜੀ, ਕਿੰਨੀ ਚੌੜੀ ਕੰਧ ਬਣਾ ਦਿੱਤੀ। ਹਰੀ ਸੁਣ ਦਾ ਗੱਤਕਾ ਖੇਡਦਾ ਹੈ, ਵਿੱਚ ਦੀ ਮਾਰੀ ਅਦਾ ਕਿਰਪਾਨ ਕੱਢ ਕੇ ਵਿੱਚ ਦੀ ਮੂਰਾ ਕਰਦਾ ਕਰਦੇ ਡਰਦਾ, ਕਹਿੰਦੇ ਜੀ ਸਾਡੇ ਪੈਰ ਲੱਗਣ ਦੇ। ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਹਿੰਦੂਆਂ ਲਹੂ ਨਿਚੋੜ ਸੁੱਟੇ, ਇਹ ਤਾਂ ਜਿੱਤ ਗਏ ਸੀ, ਕੱਢ ਦਿੱਤੇ ਸੀ ਨਹੀਂ ਬਾਹਰ ਉੱਠੇ ਜਾਂਦੇ ਗੋਰਿਆਂ ਨੂੰ। ਵਿੱਚ ਸਾਡੇ ਦਰਾਰ ਬੰਦੇ ਪਹਾੜਾ ਸਿੰਘ ਸੀ ਯਾਰ ਪਰੰਗੀਆਂ ਦਾ, ਤੇ ਜਸ ਮਰ ਗਏ, ਉਹ ਆ ਜਾਓ ਆ ਜਾਓ ਸਮਾਨ ਮੁੱਕ ਗਿਆ ਉਹਨਾਂ ਕੋਲ, ਉਹ ਵੀ ਖਾਲੀ ਆ, ਉਹਨੇ ਵਾਪਸ ਮੋੜ ਲਿਆ। ਕਹਿੰਦਾ ਮੁਹੰਮਦ ਅੱਜ ਸਰਕਾਰ ਵਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰਦੇ ਨੇ, ਇਹ ਤਾਂ ਕੱਢਦੇ ਸੀ ਗੋਰੇ। ਮਹਾਰਾਜ ਰਣਜੀਤ ਸਿੰਘ ਜੇ ਪਿੱਛੇ ਰਾਜਾ ਹੁੰਦਾ ਸਮਾਨ ਪਹੁੰਚਾ ਦਿੰਦਾ, ਇਹਨਾਂ ਦੀ ਜਾਜ ਗੋਰੇ ਤਾਂ ਨਹੀਂ ਦੇ, ਹਿੰਦੁਸਤਾਨ ਚੋਂ ਕੱਢਦੇ ਨੇ। ਕੁਛ ਬਾਬਾ ਵੀਰ ਸਿੰਘ ਦੀ ਸ਼ਹਾਦਤ ਨੇ ਇਹਨਾਂ ਸਿੱਖਾਂ ਨੂੰ ਮਾਰ ਪਾ ਦਿੱਤੀ, ਬਾਬਾ ਵੀਰ ਸਿੰਘ ਦੀ ਸ਼ਹਾਦਤ ਨਾਲ ਸਿੱਖਾਂ ਦੀ ਹਾਰ। ਵੀਰ ਸਿੰਘ ਨੂੰ ਮਾਰਿਆ ਡਾ ਤੋਪਾਂ ਨੇ ਛੱਡਿਆ ਸਾਧ ਤੇ ਸੰਤ ਨੂੰ, ਬਾਬੇ ਵੀਰ ਸਿੰਘ ਨੂੰ ਤੋਪਾਂ ਮਾਰ ਕੇ ਡਾ ਤਾ। ਨਰਵਈਆਂ ਰੱਖਦਾ ਸੀ ਜਾਂ ਆਪਣੀ ਫੌਜ ਰੱਖਦਾ ਨਹੀਂ ਸੀ ਮਹਾਰਾਜ ਜੀ ਮਾਝੇ ਦੇ ਦੁਆਬੇ ਦੇ, ਕਿਉਂਕਿ ਸਰਦਾਰ ਸਤਲੁਜ ਦਾ ਬੰਨਾ ਪਾਸਾ ਇਹ ਅੰਗਰੇਜ਼ਾਂ ਸੀ, ਅਤੇ ਮਹਾਰਾਜ ਰਣਜੀਤ ਸਿੰਘ ਮਾਝਾ ਅਤੇ ਦੁਆਬਾ ਕਿਹੜੇ ਮਜੈਲ ਦੁਆਬੀ ਹੈ ਜੀ, ਮਾਵਾਂ ਦੇ ਪੁੱਤ ਸ਼ੈਲ ਬਾਂਕੇ ਕਿਹੜੇ ਮਜੈਲ ਦੁਆਬੀ ਹੈ, ਜੋ ਗੁਰਿਆਂ ਨਾਲ ਲੜ ਚੜ੍ਹੇ ਫਿਰੇ ਸੀ ਕਿਹੜੇ ਵੀ ਮਜੈਲ ਦਾ ਦੁਆਬੀ ਹੈ ਲੜੇ। ਪਰ ਉਹਨੇ ਫਿਰ ਸਿੱਖਾਂ ਦਾ ਹੁਣ ਵੀ ਸਤਿਕਾਰ ਕਰਦੇ ਆ, ਗੋਰੇ ਜਿਹੜਾ ਸਹੀ ਮੈਂ ਵਿਸ਼ਵਾਸੀ ਬੰਦਾ ਉਹਦਾ ਸਤਿਕਾਰ ਕਰਦੇ। ਮਹਾਰਾਜ ਕਿਤੇ ਆਇਆ ਰਣਜੀਤ ਸਿੰਘ, ਇੱਧਰ ਭੀੜ ਬੜੀ ਸੀ ਮਹਾਰਾਜ ਨੂੰ ਮਿਲਣੇ ਵਾਲੇ, ਇੱਥੇ ਰਾਜੇ ਮਿਲਦੇ ਸੀ ਕੇਸਾਂ ਥੋੜ੍ਹੇ ਚਿਹਰੇ ਪਈ ਕਰਫੂ ਲਾ ਦਿਓ। ਮਹਾਰਾਜ ਰਣਜੀਤ ਸਿੰਘ ਉੱਥੇ ਖੜਾ ਤਾਂ ਵਿੱਚ ਬੰਦੇ ਗੱਲਾਂ ਕਰਨ ਜਿਹੜੀਆਂ ਹੋਣ, ਇੱਕ ਬੁੜੀ ਨੱਠੀ ਫਿਰੇ ਆ ਕਾਲਾ ਜਿਹਾ ਤਵਾ ਲਿਆ, ਕਦੀ ਕਿਸੇ ਦੇ ਝੱਗੇ ਲੱਗ ਜਾਵੇ ਕਦੀ ਕਿਸੇ ਦੇ, ਕਹਿੰਦੇ ਅਫਕਾ ਮਾਰਿਆ ਬੁੜੀਏ ਉਹ ਤਵਾ ਚੱਕੀ ਫੜਦੀ ਹੈ, ਕੱਪੜੇ ਕਾਲੇ ਕਰਦੇ ਸਾਰੇ, ਉਹ ਇੱਕ ਦੋ ਨੇ ਦਫਕਾ ਮਾਰਿਆ, ਉਹ ਕਿਸੇ ਨੇ ਕਿਹਾ ਮਾਈ ਦੀ ਸਿਆਣੀ ਪੁੱਛੋ ਤੁਸੀਂ ਤਵਾ ਚੱਕਿਆ ਕਰਦੀ ਨੇ, ਫਿਰ ਰੌਲਾ ਬੰਦੇ ਇਕੱਠੇ ਹੋਏ ਤੂੰ ਤਵਾ ਚੱਕੀ ਫਿਰਦੀ ਨਾ ਇਹਦੀ ਜ਼ਰੂਰਤ ਨਾ ਗੱਲ ਨਾ ਕੋਈ ਬਾਹਰ ਤਵੇ ਦਾ ਨਾ ਚੱਲਾ ਮੈਂ, ਫਿਰ ਮੁੜੀ ਨੂੰ ਪੁੱਛਿਆ ਤੂੰ ਤਵਾ ਉੱਧਰ ਸੱਟ ਮਾਰ, ਉਹ ਕਹਿੰਦੀ ਮੈਂ ਸੁਣਿਆ ਹਾਂ ਸਾਡਾ ਰਾਜਾ ਕਹਿੰਦੇ ਪਾਰਸ ਆ, ਮੈਂ ਸੋਨਾ ਹੀ ਹੋ ਜੂਗਾ ਸਾਡਾ ਤਵਾ ਕਸਾ ਲੈਂਦੇ ਮਾੜਾ ਜਿਹਾ। ਮਹਾਰਾਜਾ ਕਹਿੰਦਾ ਕੀ ਕਹਿੰਦੀ ਆ ਬੰਦੇ, ਮਹਾਰਾਜ ਆਹ ਕਹਿੰਦੀ ਆ, ਕਹਿੰਦਾ ਤੋਲੋ ਤਵਾ ਦਿਓ, ਕਹਿੰਦਾ ਸੋਨਾ ਇੰਨਾ ਕੁੜੀ ਦੇ ਤਾਂ ਸੋਨਾ ਹੋਵੇ ਦੇ ਦਿਓ। ਜਿੱਦਾਂ ਧਰਤੀ ਰਾਜੇ ਸੀ ਲੋਕ ਕੇ ਦੇਖਦੇ ਸੀ ਕੋਈ ਦੁਖੀ ਤਾਂ ਨਹੀਂ ਆ, ਹੁਣ ਲੋਕ ਦੇਖਦੇ ਵੀ ਸੁਖੀ ਤਾਂ ਨਹੀਂ, ਕੋਈ ਟੈਕਸ ਲੱਗੀ ਉਹਨੇ ਪੈ ਜਾਵਾਂ ਟੋਕੋਏ ਨੂੰ ਕਰੋ ਦੁਖੀ ਹੈ, ਸੁਖੀ ਨੂੰ ਦੁਖੀ ਕਰਨ ਦੀ ਕੋਸ਼ਿਸ਼ ਕੀਤੀ ਧਰਮ ਦੇ ਆੜਾ ਲੈ ਹਾਂਜੀ ਪੂਰਾ ਜੀ। ਨਿਆਣੇ ਰੋਡ ਬੇਰੀ ਨੂੰ ਇੱਟਾਂ ਮਾਰਦੇ ਸੀ, ਮਹਾਰਾਜ ਜਾਂਦਾ ਸੀ ਇੱਕ ਲੱਗੀ ਇੱਟ ਇੱਥੇ ਪੂਰਾ ਲੱਭੂ ਨਿਕਲਿਆ, ਅੱਜ ਕੱਲ੍ਹ ਦੇ ਹੁੰਦੇ ਉਹਨੂੰ ਮਾਂ ਪੇ ਬੰਨ ਲੈਣੇ ਨਿਆਣੇ ਵਿਗਾੜੇ, ਰਾਜੇ ਦੇ ਇੱਟ ਮਾਰੀ ਕਿਸੇ ਨੇ ਸਗਾ ਲਿਆਉਣਾ ਪੈਸੇ ਦੇ ਕੇ ਜਾਂ ਤੈਨੂੰ ਕਿੱਦਾਂ ਕਰਨੀ ਸੀ, ਉਹ ਨਿਆਣੇ ਬੇਚਾਰੇ ਡਰ ਗਏ ਮਾਰਾ ਤੁਹਾਡੇ ਨੀ ਮਾਰੀ ਸੀ ਅਸੀਂ ਤਾਂ ਬੇਰੀ ਦੇ ਮਾਰਦੇ ਸੀ, ਉਹ ਕਹਿੰਦੇ ਬੇਰੀ ਤੁਸੀਂ ਕਾਹਲੇ ਮਾਰਦੇ ਸੀ, ਕਹਿੰਦੇ ਬੇਰ ਲਾਉਂਦੇ ਸੀ ਅਸੀਂ ਭੁੱਖੇ ਸੀ ਅਸੀਂ ਬੇਰ ਖਾਣੇ ਸੀ, ਮਹਾਰਾਜ ਦਾ ਕਹਿੰਦਾ ਦਿਓ 5 ਮੋਹਰਾਂ, ਉਹ ਬੇਰੀ ਦੇ ਵੱਟਾਂ ਲੱਗਾ ਇਹ ਚੜ੍ਹਦੀ ਆ ਤੇ ਮੈਂ ਰਾਜਾ ਕਹਿੰਦੇ ਨਿਆਣੇ ਭੁੱਖੇ ਆ 5 ਮੋਹਰਾਂ ਦਿਓ, ਕਹਿੰਦਾ ਜਾਓ ਨਿਆਣੇ ਖਾਓ ਮਜ਼ਾ ਲਓ, ਇੱਦਾਂ ਦੇ ਰਾਜੇ ਸੀ ਉਲਟੀ ਬਾਤ ਸੀ। ਮੈਂ ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਿੱਖ ਸੀਗੇ, ਸਿੱਖ ਰਾਜ ਦੁਨੀਆਂ ਦੇ ਇਤਿਹਾਸ ਵਿੱਚ ਲਿਖਿਆ ਮੰਨਿਓ, ਬੁੜਾ ਮੋਚੀ ਦਾਣੇ ਵਿਚਾਰਾ ਲਿਆ ਸੀ ਲਾਹੌਰ 'ਚ, ਪੋਤਾ ਸਿਆਣਾ ਸੀ ਬੁੜਾ ਸਿਆਣਾ ਸੀ, ਮਹਾਰਾਜਾ ਘੁੰਮਦਾ ਘੁੰਮਦਾ ਨੇੜਾ ਹੋਇਆ ਵਿਚਾਰਾ ਉੱਥੇ ਖੜੇ ਕਾਲ ਪੈ ਗਿਆ ਸੀ, ਉਹਨੂੰ ਕਹਿੰਦਾ ਲੈ ਜਾਓ ਜਿੰਨਾ ਮਰਜ਼ੀ ਜਿੰਨਾ ਚੱਕਦਾ, ਉਹਨੇ ਲਾਲਚ ਪਾ ਕੇ ਪਾ ਲਿਆ ਬਾਹਰ ਵੰਡ ਕੱਢ ਲਈ ਫਿਰ ਚੱਕਦਾ
ਮਹਾਰਾਜਾ ਕਹਿੰਦਾ ਵੀ ਤੁਸੀਂ ਕਿਹੜੋ ਲਿਆ ਵੀ ਜਵਾਨਾਂ ਕਹਿੰਦਾ ਵੀ ਸਾਡੇ ਜਵਾਨਾਂ ਉੱਤੇ ਚੱਲਿਆ, ਮੈਂ ਸਿਆਣਾ ਆ ਇਹ ਨਿਆਣਾ, ਅਸੀਂ ਲਾਜ ਕਰਕੇ ਦਾਣੇ ਜ਼ਿਆਦਾ ਪਾ ਲਏ, ਜੇ ਸਾਡੀ ਮਦਦ ਕਰੇ ਅਸੀਂ ਪਾਲੇ ਪਾਸੇ ਆਪਾਂ ਪਾ ਰਿਹਾ ਕਹਿ ਚੁਕਾਓ ਗੜ ਮੈਂ ਸਿਰ ਕਰ ਲਾਹੌਰ ਦੇ ਦੂਏ ਪਾਸੇ ਉਹਦਾ ਮੋਚੀ ਦਾ ਘਰ ਸੀ, ਚੱਕ ਕੇ ਦਾਣੇ ਉਹਦੇ ਘਰ ਸਿੱਟ ਗਏ। ਉਹ ਫਿਰ ਮੋਚੀ ਕਹਿੰਦਾ ਜਵਾਨਾ ਮੈਨੂੰ ਦੱਸਦਾ ਸੀ ਤੂੰ ਕੌਣ ਆ ਕਿੱਥੇ ਰਹਿੰਦਾ ਮਾੜਾ ਮੋਟਾ, ਕਹਿੰਦਾ ਕਿ ਬੜਾ ਸਾਈਡ 'ਚ ਬੁਲਾ ਕੀ ਕਰ ਸਕਦਾ, ਚਾਦਰ ਲਾਈ ਥੱਲੇ ਕਲ ਗਈ ਕੁਲਮੀ ਲੱਗੀ, ਉਹ ਵਿਚਾਰਾ ਪੈਰੀਂ ਦੇਖਿਆ, ਕਹਿੰਦਾ ਅਸੀਂ ਰਾਜੇ ਅਸੀਂ ਤੁਹਾਡੇ ਸੇਵਾਦਾਰੀ ਹਾਂ, ਦਾਣੇ ਤਾਂ ਤੁਹਾਡੇ ਹੀ ਆ, ਮੈਂ ਤਾਂ ਰਾਖੀ ਪੈਂਦਾ, ਕੋਈ ਗੱਲ ਨਹੀਂ, ਕਹਿੰਦਾ ਮੇਰੀ ਡਿਊਟੀ ਇਹ ਹੈ। ਵਾਹਿਗੁਰੂ ਰਾਜਾ ਕਹਿੰਦਾ ਕੋਈ ਰਾਜਾ ਕਹਿੰਦਾ ਜੀ ਐਵੇਂ ਨਹੀਂ ਨਾ ਉਹਨਾਂ ਦੀ ਦੁਨੀਆਂ ਲੈਂਦੀ, ਉਹ ਗੁਣ ਸੀਗੇ ਗੁਣ ਸੀਗੇ ਕੋਈ, ਹੁਣ ਤਾਂ ਵਿਚਾਰੇ ਲੋਕ ਆਪਣੇ ਪੈਸੇ ਲੈਣ ਨੂੰ ਬੈਂਕਾਂ 'ਚ ਚੱਕੇ ਖਾਂਦੇ ਰਹੇ, ਆਪਣੇ ਪੈਸੇ ਨਹੀਂ ਕਢਾ ਸਕਦੇ ਸੀ ਹੁਣ ਵੀ ਨਹੀਂ, ਜਦ ਤੁਸੀਂ ਕਢਾਏ ਪੁੱਛਣਾ ਕਿੱਥੇ ਦੱਸੋ ਪੈਸੇ ਸਾਡੇ ਕਿੱਥੇ ਲੈ ਕੇ ਚੱਲ ਕੀ ਕਰਨੇ, ਪੈਸੇ ਸਾਡੇ ਮੈਂ ਬੈਂਕ 'ਚ ਰੱਖਾਂ ਮੈਂ ਜੇਬ 'ਚ ਰੱਖਾਂ ਤੁਹਾਨੂੰ ਕੀ, ਮੈਂ ਪੈਸੇ ਲਿਆਇਆ ਦਿਹਾੜੀ ਕਰਕੇ ਮੈਂ ਘਰ ਰੱਖਾਂ ਮੈਂ ਬੈਂਕ 'ਚ ਤੁਹਾਨੂੰ ਵੀ ਦਿੰਦੀ ਆ। ਇਹ ਤਿੰਨ ਚਾਰ ਰਾਜੇ ਨਾ ਮੂਰਖ ਹੋ ਬੈਠੇ ਆ, ਮੋਦੀ ਕੋਰੀਆ 'ਚ ਇੱਕ ਅਮਰੀਕਾ 'ਚ ਆ, ਇਹ ਮੋਦੀ ਤਾਂ ਚਾਰ ਪੰਜ ਸਾਲ ਬੈਠਾ ਨਹੀਂ ਜਾਂ ਕੰਮ ਕੀਤਾ ਪੁੱਠਾ, ਉਹ ਜੰਗਲ ਦੇ ਨਾ ਜਾਨਵਰ ਇਕੱਠੇ ਹੋ ਜਾਣੀ ਕਿਹਾ ਵੀ ਸ਼ੇਰ ਬਾਕੀਆਂ ਨੂੰ ਖਰਾਬ ਹੋ ਜਾਂਦਾ ਇਹਦੇ ਮੂਹਰੇ ਜਾ ਕੇ ਗੱਲ ਕਰਨ ਦੀ ਕੀ, ਪਹਿਲੇ ਖਾ ਜਾਂਦਾ ਅਤੇ ਰਾਜਾ ਬਦਲੋ, ਸਾਰੇ ਇਕੱਠੇ ਹੋ ਗਏ ਜਾਨਵਰਾਂ ਨੇ ਇਕੱਠੇ ਹੋ ਕੇ ਫੈਸਲਾ ਮੀਟਿੰਗ ਕੀਤੀ, ਉਹਨੇ ਕਿਹਾ ਵੀ ਆਹ ਠੀਕ ਹੈ ਰਾਜਾ ਬਾਂਦਰ ਹੈਗਾ ਵੀ ਠੀਕ ਹੈ, ਦਰੱਖਤਾਂ 'ਤੇ ਵੀ ਚੜ੍ਹਦੇ ਹੋ ਥੱਲੇ ਵੀ ਇਹ ਵੀ ਆਪਣੀ ਮਦਦ ਵੀ ਕਰ ਸਕਦਾ, ਇਹ ਚਲੋ ਬਾਂਦਰ ਨੂੰ ਰਾਜਾ ਬਣਾ ਲਓ, ਉਹਦੇ 'ਚ ਬਾਂਦਰ ਰਾਜਾ ਮੰਨ ਲਿਆ। ਇੱਕ ਦਿਨ ਉਹ ਸ਼ੇਰ ਘੁੰਮਦਾ ਸੀ ਲੂੰਬੜੀ ਦੇ ਘੁੰਮੇ ਨੇੜੇ, ਅਤੇ ਲੂੰਬੜੀ ਮਿੱਟਣੀ ਠੀਕ ਬਾਂਦਰ ਕੋਲ ਆਈ ਅਤੇ ਮਹਾਰਾਜ ਉੱਧਰ ਸ਼ੇਰ ਮੇਰੇ ਪਾਉਂਦੇ ਸੀ ਅਸੀਂ ਤੁਹਾਨੂੰ ਵੋਟਾਂ ਪਾ ਬੈਠੇ, ਉੱਧਰ ਉਹ ਸਾਡੇ ਨੇੜੇ ਘੁੰਮਦੇ ਆ, ਹੁਣ ਸਾਨੂੰ ਖਤਰਾ ਖਾਏ ਨਾ ਜਾਣ ਵੋਟਾਂ ਪੁੱਠੇ ਪਾਸੇ ਪਾਈਆਂ। ਬਾਂਦਰ ਕਹਿੰਦਾ ਕੋਈ ਗੱਲ ਨਹੀਂ, ਬਾਂਦਰ ਛਾਲ ਮਾਰੀ ਉੱਥੇ ਛਾਲ ਮਾਰੀ ਉੱਥੇ ਛਾਲ ਮਾਰੀ ਉੱਥੇ, ਪੰਜਾਂ ਸੱਤਾਂ ਦਰੱਖਤਾਂ ਦੇ ਇੱਧਰ ਇੱਧਰ ਘੁੰਮੀ ਘੁੰਮੀ ਗਿਆ। ਉਹ ਕਹਿੰਦੀ ਇੰਨੇ ਚਿਰ ਤਾਂ ਬੱਚੇ ਖਾਣੇ, ਉਹ ਕਹਿੰਦਾ ਬੀਬੀ ਮੈਂ ਤਾਂ ਬੜੀ ਦੌੜ ਭੱਜ ਕੀਤੀ ਹੁਣ ਅੱਗੇ ਤੇਰੀ ਕਿਸਮਤ ਕੀ ਕਰਦਾ, ਕਹਿੰਦਾ ਮੈਂ ਤਾਂ ਬੈਠਾ ਹੀ ਨਹੀਂ, ਜਲਦੀ ਤੂੰ ਆਈ ਮੈਂ ਤਾਂ ਬੈਠਾ ਹੀ ਨਹੀਂ, ਦੇਖ ਲਾ ਕਿੱਦਾਂ ਦੌੜ ਲੱਗੀ ਆ, ਇਹ ਤਿੰਨ ਚਾਰ ਸਲੈਦੇ ਘੁੰਮੀ ਗਿਆ ਕਦੀ ਉਸ ਮੁਲਕ 'ਚ ਕਦੀ ਉਸ ਮੁਲਕ 'ਚ ਕਦੀ ਉਸ ਮੁਲਕ 'ਚ, ਉਹੀ ਇਨਾਮ ਕੀਤਾ। ਉਦੋਂ ਨਾ ਕੋਰੀਆ ਵਾਲਾ ਕਹਿੰਦਾ ਮੈਂ ਨਹੀਂ ਮੰਨਦਾ ਇਹਨੂੰ ਪਾਉਣ ਦਾ, ਟਰੰਪ ਟਰੁੰਪ ਆ ਜਾਵੇ ਇਹ, ਉਹ ਕਹਿੰਦੇ ਇਹ ਹੋਮੇ ਇਹਨਾਂ 'ਚ ਵੀ ਫਸੀ ਹੋਆ, ਇਹ ਕਹਿੰਦਾ ਸਾਡੇ ਹੁੰਦਿਆਂ ਕੌਣ ਬੋਲ ਜਾਵੇ, ਫਸਲ ਵਾਲਾ ਹੋਮੇ ਦਾ ਹੀ ਪਿਆ। ਸੰਤ ਮਹਾਰਾਜ ਨੇ ਜਦੋਂ ਹਿਟਲਰ ਦਾ ਮੂੰਹ ਮੋੜਿਆ, ਹਿਟਲਰ ਨੇ ਗੱਲ ਕਹੀ ਸੀ ਵੀ ਉਸ ਵੇਲੇ ਕਹਿੰਦੇ ਜੇ ਪੰਜਾਬੀ ਰਿਛ ਨਾ ਹੁੰਦੇ ਮੈਂ ਦੁਨੀਆਂ 'ਤੇ ਰਾਜ ਕਰ ਜਾਣਾ, ਇਹ ਪੰਜਾਬੀ ਰਿਛਾਂ ਨੇ ਮੇਰਾ ਮੂੰਹ ਮੋੜਿਆ। ਫਰਾਂਸ ਵਿੱਚ ਸੰਤ ਮਹਾਰਾਜ ਜੰਗ ਲੜੀ ਅਤੇ ਅੰਗਰੇਜ਼ ਨੇ ਕਿਹਾ ਸੀ ਮੈਨੂੰ ਇਹ ਜੰਗ ਜਿਤਾ ਦਿਓ ਮੈਂ ਤੁਹਾਨੂੰ ਯਾਦ ਕਰ, ਤਾਂ ਫਿਰ ਮਹਾਂਪੁਰਸ਼ ਬਹੁਤ ਗਏ, ਬਾਬਾ ਹਰਗੋਬਿੰਦ ਸਿੰਘ ਬਾਬਾ ਫੇਰ ਬਹੁਤ ਸਾਧੂ ਫੇਰ ਸੰਤ ਮਹਾਰਾਜ ਵੀ ਸਾਰੇ ਸੁੱਕੇ ਛੋਲੇ ਖਾ ਕੇ ਲੰਬੇ ਪਾਣੀ ਪੀ ਕੇ ਫਿਰ ਜੰਗ ਜਿਤਾ ਦਿੱਤੀ। ਪਸ਼ੂ ਰੱਜ ਜਾਵੇ ਖਾ ਕੇ ਖੁਰਲੀ ਦੇ ਪਰੇ ਹੋ ਕੇ ਬਹਿ ਜਾਂਦਾ, ਫਿਰ ਜਿਹੜਾ ਮਰਜ਼ੀ ਖਾ ਜਾਵੇ ਕਿਸੇ ਨੂੰ ਕੁਛ ਕਹਿੰਦਾ ਨਹੀਂ, ਬੰਦਾ ਰੱਜ ਜਾਵੇ ਇਹ ਕਿਸੇ ਨੂੰ ਫਿਰ ਖਾਣ ਨਹੀਂ ਦਿੰਦਾ, ਕਹਿੰਦਾ ਮੈਂ ਕੱਲ੍ਹ ਹੀ ਰੱਖਣਾ, ਮੈਂ ਤੈਨੂੰ ਵੀ ਤਾਂ ਖਾਣ ਦਿੱਤਾ, ਉਹ ਅੰਦਰ ਆ ਖੁਰਲੀ ਦੇ ਪਰੇ ਹੋ ਕੇ ਬਹਿਣ ਜਿਹੜਾ ਮਰਜ਼ੀ ਖਾ ਜਾਵੇ, ਆਪਣੇ ਰੱਜਣ ਤੱਕ ਉਹਨੂੰ ਬਾਲੇ ਰੱਜ ਗਿਆ ਬਸ। ਪਸ਼ੂ ਰੱਜ ਜਾਵੇ ਫਿਰ ਮਾਰਦਾ ਨਹੀਂ ਕਿਸੇ ਨੂੰ, ਇਹ ਮਾਰਦਾ ਜਦੋਂ ਕਾਨੂੰਨ ਬੰਦੇ ਨੇ ਭੰਗ ਕੀਤੇ ਫਿਰ ਅਵਤਾਰਾਂ ਨੂੰ ਆਉਣਾ, ਮਰਜ਼ਾਦਾ ਭੰਗ ਕੀਤੀਆਂ ਫਿਰ ਅਵਤਾਰਾਂ ਨੂੰ। ਸਤਿਯੁਗ ਵਿੱਚ ਬੰਦਾ ਬਹਿ ਕੇ ਖਾਂਦਾ ਸੀ, ਇਹ ਖੜ੍ਹ ਕੇ ਖਾਣ ਲੱਗ ਪਿਆ, ਮਰਜ਼ਾਦਾ ਭੰਗ ਕਰ ਦਿੱਤਾ। ਪਸ਼ੂ ਉਦੋਂ ਵੀ ਖੜ੍ਹ ਕੇ ਹੀ ਖਾਂਦਾ ਸੀ, ਪਸ਼ੂ ਹੁਣ ਵੀ ਖੜ੍ਹ ਕੇ ਖਾਂਦਾ, ਮਰਜ਼ਾਦਾ ਜਦੋਂ ਭੰਗ ਕੀਤੀ ਬੰਦੇ ਨੇ ਕੀਤੀ, ਬੰਦਾ ਬਹਿ ਕੇ ਪਕਾਉਂਦਾ ਸੀ ਇਹ ਖੜ੍ਹ ਕੇ ਪਕਾਉਣ ਲੱਗ ਪਿਆ। ਹੋਰ ਵੀ ਬਹੁਤ ਕੁਛ ਗੱਲਾਂ ਜਿਹੜੀਆਂ ਬੰਦੇ ਨੇ ਮਰਜ਼ਾਦਾ ਭੰਗ ਕਰ ਦਿੱਤੀ ਸਾਰੇ,
ਫਿਰ ਅਵਤਾਰ ਪੀਰ ਪੈਗੰਬਰ ਆਉਂਦੇ ਮਹਾਂਪੁਰਸ਼ ਇਹਨੂੰ ਸਮਝਾਉਂਦੇ ਆ, ਜਿੰਨੇ ਵੇਦ ਸ਼ਾਸਤਰ ਬੜੇ ਬੜੇ ਧਾਰਮਿਕ ਗ੍ਰੰਥ ਰਚੇ ਬੰਦੇ ਨੂੰ ਸਮਝਾਉਣ ਨੂੰ ਰਚੇ ਆ, ਪਸ਼ੂ ਨੂੰ ਨਹੀਂ। ਇੱਕ ਇਹਨੂੰ ਸਮਝਾਇਆ, ਇਹ ਨਹੀਂ ਸਮਝਿਆ, ਇਹ ਫੇਰ ਮੁੜ ਕੇ ਦੂਜਾ ਬੰਦੇ ਨੂੰ ਧਾਰਮਿਕ ਗ੍ਰੰਥ ਜਿੰਨੇ ਵੀ ਮਹਾਂਪੁਰਸ਼ ਹੈ ਬੰਦੇ ਨੂੰ ਸਮਝਾਉਣ ਨੂੰ ਰਚੇ ਅਤੇ ਸੰਸਾਰ ਛੱਡ ਕੇ ਚਲੇ। ਇੱਕ ਸਹਾਰਨਪੁਰ ਹੇਠ ਰਹਿੰਦਾ ਸੀ ਅਮੀਰ ਆਦਮੀ ਸੀ, ਸਹਾਰਨਪੁਰ ਤੋਂ ਹਰਿਦੁਆਰ ਉਹਦਾ ਕਾਫੀ ਪਾਠ ਆ। ਉਹਦੇ ਮੁੰਡਿਆਂ ਨੇ ਕਿਹਾ ਕਿ ਚਲੋ ਪਾਪਾ ਜੀ ਨੂੰ ਹਰਿਦੁਆਰ ਲਿਜਾ ਕੇ ਥੋੜ੍ਹਾ ਬਹੁਤ ਦਾਨ ਪੁੰਨ ਕਰਾ ਦੇ। ਇਹ ਪਾਪਾ ਜੀ ਜਦੋਂ ਹਰਿਦੁਆਰ ਚਲੀਏ ਮਾੜਾ ਮੋਟਾ ਕਹਿੰਦਾ ਤੁਸੀਂ ਲੋਕ ਮਰ ਕੇ ਜਾਂਦੇ, ਮੈਨੂੰ ਤੁਸੀਂ ਜੀਦੇ ਲੈ ਕੇ ਚੱਲੇ ਮੈਂ ਜਾਣਾ, ਮੇਰਾ ਟੱਕੜ ਬੁੜਾ ਪਵੇ ਮੁੜਿਆ ਹੈ। ਮੈਂ ਉੱਥੇ ਹਰਿਦੁਆਰ ਉੱਤੇ ਚੋਰ ਬੈਠੇ ਆ, ਜਿੱਦਾਂ ਹੁਣ ਵੀ ਕਈ ਕਹਿੰਦੇ ਗੁਰਦੁਆਰੇ ਚੋਰੇ ਹੀ ਆ, ਕਦੇ ਉੱਥੇ ਚੋਰ ਬੈਠੇ ਆ, ਆਪ ਮੈਂ ਚੋਰੇ ਹੀ ਹੋਵੇ ਹੁਣ ਗੁਰਦੁਆਰੇ ਮੰਦਰਾਂ ਚੋਰ ਦਿਸਦੇ, ਮੰਨਿਆ ਹੀ ਨਹੀਂ, ਮੰਨਿਆ ਨਹੀਂ। ਮੁੰਡਿਆਂ ਨੇ ਕਿਹਾ ਜਦੋਂ ਫਿਰ ਪਾਪਾ ਜੀ ਜ਼ਮੀਨ ਛੱਡ ਗਿਆ। ਇਹ ਸੱਚੀ ਗੱਲ ਹੈ, ਇਹਨੇ ਵੇਖਿਆ ਚਲੋ ਪਾਪਾ ਜੀ ਦਾ ਸੰਸਕਾਰ ਹੀ ਉੱਥੇ ਹਰਿਦੁਆਰ ਕਰ ਲਿਆ, ਪਾਲਕੀ ਬਣਾ ਲਈ ਵਧੀਆ ਅਤੇ ਕੱਪੜਾ ਲਾ ਲਿਆ, ਪਾਪਾ ਜੀ ਪਾਲਕੀ ਦੇ ਵਿੱਚ ਪਾਏ ਚਾਰ ਬੰਦਿਆਂ ਨੂੰ ਚੱਕ ਲਿਆ, ਤੋੜੀ ਦਾ ਸਮਾਨ ਲੱਗ ਲਿਆ ਨਾਲ, ਤਰਾਸ ਖਾਣੇ ਪੀਣੇ ਵਾਲਾ। ਗਰਮੀਆਂ ਦਿਨ ਸੀ ਅਤੇ ਸਰਾਵਾਂ ਬਣੀ ਜਾਂਦੀ ਸੀ ਅੱਗੇ ਰਾਤ ਸਰਾਂ ਦੇ ਵਿੱਚ ਜਾਣ, ਉਹਨੇ ਪਾਪਾ ਜੀ ਦੀ ਪਾਲਕੀ ਰੱਖੀ ਅੰਦਰ ਤਾਪ ਬਾਹਰ ਬਰਾਂਡੇ 'ਚ ਬਹਿ ਗਿਆ, ਪਹਿਲਾਂ ਬਾਤਾਂ ਪੈ ਗਈਆਂ, ਹਨੇਰਾ ਹੋ ਗਿਆ, ਸਵੇਰ ਨੂੰ ਜਾਣਾ ਸੀ, ਗੱਲਾਂ ਕਰਨ ਲੱਗ ਪਿਆ ਚਲੋ ਪਾਪਾ ਜੀ ਜਿਹਦੇ ਤਾਂ ਗਏ ਨਹੀਂ ਹੁਣ ਮਰ ਕੇ, ਚਲੋ ਉੱਥੇ ਸੰਸਕਾਰ ਹੋ ਜੂ ਚੰਗੀ ਜਗ੍ਹਾ 'ਤੇ, ਮਰੂ ਤਾਂ ਹਰ ਕੇ ਦੁਆਰ ਭਲਾ ਹੋ ਜੂਗਾ। ਅੰਦਰੇ ਕੋੜੀ ਬੈਠਾ ਸੀ, ਉਹ ਗੱਲਾਂ ਸੁਣਦਾ ਸੀ, ਉਹਨੇ ਕਹਿੰਦਾ ਵੀ ਗੱਲ ਬਣ ਗਈ, ਹਰਿਦੁਆਰ ਉੱਦਾਂ ਤਾਂ ਜਾ ਨਹੀਂ ਹੋਣਾ, ਇੱਦਾਂ ਚੱਲ ਜਾਣਾ, ਹੁਣ ਪਾਪਾ ਜੀ ਨੂੰ ਖਿੱਚਿਆ ਪੂੰਜੇ ਜਿਹਾ ਨੂੰ ਕਰ ਤਾਂ ਆਪ ਵਿੱਚ ਵੜ ਗਿਆ, ਵਿੱਚ ਵੜ ਗਿਆ, ਉਹਨੇ ਕੀ ਦੇਖਣਾ ਸੀ ਜੀ, ਇਹ ਲਿਆ ਜੁਲਿਆ ਹੈ ਨਾ, ਉਹਨੇ ਪਾਲਕੀ ਚੱਕੀ ਆਰਾਮ ਨਾਲ ਤੁਰ ਕਰ, ਇਹ ਪੇ ਦਾ ਪੁੱਤ ਹਿੱਲਿਆ ਪੇ ਵੀ ਨਹੀਂ, ਉੱਥੇ ਜਾ ਕੇ ਉਹਨੇ ਆਪਣੇ ਪ੍ਰੋਹਤ ਹੁੰਦੇ ਸੀ ਉਹਨੂੰ ਇਕੱਠੇ ਕੀਤਾ, ਲੈ ਵੀ ਪਾਪਾ ਜੀ ਲਿਆਉਂਦੇ ਉਹਨੂੰ ਸੰਸਕਾਰ ਕਰਨ ਕਿਹਾ, ਜਦੋਂ ਜਾਂ ਪਾਪਾ ਜੀ ਦਾ ਕੱਪੜਾ ਜਗਿਆ ਹੋਰ ਹੀ ਕੋਈ ਨਿਕਲਿਆ, ਤੈਨੂੰ ਘਬਰਾਉਣ ਹੋ ਗਿਆ ਵੀ ਇਹ ਬੰਦਾ ਕੌਣ ਆ ਗਿਆ, ਅਸੀਂ ਤਾਂ ਭਾਈਆ ਜੀ ਨੂੰ ਲੈ ਕੇ ਆਏ, ਇਹ ਵਿੱਚ ਕਿੱਦਾਂ ਪੜ ਗਏ, ਡਰ ਗਏ ਸਾਰੇ, ਉਹ ਕਿਸੇ ਤੂੰ ਆਉਣੇ ਹੋਏ ਤੂੰ ਪੈਰੀ ਡਿੱਗਣ ਲੱਗ ਪਿਆ, ਮਹਾਰਾਜ ਤੁਹਾਡਾ ਭਲਾ ਹੋਵੇ, ਮੈਂ ਇੱਥੇ ਕੁਛ ਨਾ ਕੁਛ ਮੰਨ ਕੇ ਖਾ ਲੂੰਗਾ, ਉੱਥੇ ਮੈਂ ਭੁੱਖਾ ਮਰਦਾ ਸੀ, ਇੱਥੇ ਵੀਰ ਲੋਕ ਆਉਂਦੇ ਆ ਰੋਟੀ ਰਾਟੀ, ਬੇਵਕੂਫਾ ਤੂੰ ਲੱਗਾ ਗੱਲਾਂ ਕਰਨ, ਭਾਈਆ ਜੀ ਕਿੱਥੇ ਹੋਗਾ ਨਾ, ਉਹ ਉੱਥੇ ਹੀ ਆ ਸਰਾਂ 'ਚ, ਉਹਨੇ ਫਿਰ ਕਿਹਾ ਇੱਦਾਂ ਕਰੋ ਹੁਣ ਉਹਦਾ ਪਾਲਕੀ ਲਿਜਾਣ ਨੂੰ ਦੇਰ ਲੱਗਣੀ, ਘੋੜੀ ਲੈ ਜਾਓ ਅਤੇ ਘੋੜੀ 'ਤੇ ਬਹਾ ਕੇ ਲੈ ਆਓ ਨਾ, ਇੱਕ ਬੰਦਾ ਮੂਹਰੇ ਇੱਕ ਬੰਦਾ ਪਿੱਛੇ ਉਹਨੂੰ ਫੜ ਕੇ ਬਹਿ ਜਾ, ਭਾਈਆ ਜੀ ਜਾਣ ਫੜ ਕੇ ਲੈ ਆਓ, ਚਲੋ ਜੀ ਭਾਈਆ ਜੀ ਅੰਦਰੋਂ ਚੱਕੇ ਘੋੜੀ 'ਤੇ ਲੈ ਆਉਂਦੇ, ਘੋੜੀ 'ਤੇ ਬਹਿ ਗਏ, ਜਦੋਂ ਮੁੜਦਾ ਹੁਣ ਚੱਕੋ ਜਿੱਧਰ ਨੂੰ ਡਿੱਗਦਾ ਹੀ ਆ, ਇੱਕ ਪਿੱਛੇ ਬਹਿ ਗਿਆ ਇੱਕ ਮੂਹਰੇ ਬਹਿ ਗਿਆ, ਉਹ ਮੁੜ ਉਹ ਘੋੜੀ ਜੋ ਪਾਪਾ ਜੀ ਡਾਵਾਂ ਡੋਲ ਜਿਹਾ ਸੀ, ਐਂ ਮੁਰਦੇ ਨੇ ਡਾਵਾਂ ਡੋਲ ਹੋਣਾ ਹੀ, ਘੋੜੀ ਡਰ ਗਈ, ਘੋੜੀ ਬਥੇਰਾ ਕਹਿ ਚਾਟੇ ਘੋੜੀ ਫਿਰ ਉੱਧਰ ਨੂੰ ਨਹੀਂ ਗਈ ਹਰਿਦੁਆਰ ਨੂੰ, ਸਿੱਧੀ ਪਿੰਡ ਨੂੰ ਲੈ ਆਈ ਸਹਾਰਨਪੁਰ ਨੂੰ, ਬੈਠੇ ਰਹੇ ਫਿਰ ਤਿੰਨੇ ਜਾਣੇ ਉੱਥੇ, ਘੋੜੀ ਜਾਵੇ ਸ਼ੂ ਕਰਦੀ ਘਰਦੀ ਘੋੜੀ ਸੀ, ਹਰਿਦੁਆਰ ਲਿਆ ਕੇ ਪਿੰਡ ਦੇ ਲੋਕ ਕਹਿਣ ਵੀ ਭਾਈਆ ਜੀ ਪਾਲਕੀ 'ਚ ਗਏ ਸੀ ਘੋੜੀ 'ਤੇ ਬਹਿ ਕੇ ਆ ਗਏ, ਕਿਹਾ ਮਿੱਟੀ ਨਾ ਖਰਾਬ ਕਰੋ ਵੀ ਉੱਦਾਂ ਕਰੋ, ਉਹਨਾਂ ਨੂੰ ਆਵਾਜ਼ ਮਾਰੋ ਹਰਿਦੁਆਰ ਵਾਲਿਆ ਭਾਈਆ ਜੀ ਸੰਸਕਾਰ ਇੱਥੇ ਕਰਦੇ, ਫੁੱਲ ਪਾ ਦੇ ਮੈਨੂੰ ਉੱਥੇ, ਉਹਨੇ ਆਵਾਜ਼ ਮਾਰੀ, ਉਹਨਾਂ 'ਚ ਇੱਕ ਬੰਦਾ ਨਾ ਪਾਲਕੀ ਦੇ ਉੱਪਰੋਂ ਕੱਪੜਾ ਲਾ ਲਿਆ, ਉਹ ਕੀਮਤੀ ਸੀਗਾ ਕੱਪੜਾ ਬਹੁਤ, ਉਹ ਜਦ ਵਾਪਸ ਆਏ ਵਿੱਚ ਕਹਿੰਦਾ ਤੂੰ ਗੱਲ ਲਾ ਲਿਆ ਹੈ ਕੱਪੜਾ ਉੱਥੇ ਛੱਡਿਆ ਉਹਨਾਂ ਨੇ, ਚਲੋ ਕਹਿੰਦੇ ਕੋਈ ਗੱਲ ਨਹੀਂ ਫੁੱਲਾਂ ਨਾਲ, ਚਲੋ ਜੀ ਭਾਈਆ ਸੰਸਕਾਰ ਕਰਤਾ ਚੁੱਕ ਲੈ, ਬਹੁਤ ਅੱਗੇ ਪੱਕੇ ਹੁੰਦੇ ਸੀ ਪਿੰਡਾਂ 'ਚ ਇਹਨਾਂ ਦੇ ਖਾਸ ਕੇ, ਆ ਇਹਨਾਂ ਦਾ ਆ ਇਹਨਾਂ ਦਾ, ਬ੍ਰਾਹਮਣ ਨੂੰ ਕਿਹਾ ਤੂੰ ਫੁੱਲ ਪਾਇਆ, ਉਹਨੇ ਵਿੱਚੇ ਪਾਲਕੀ ਦਾ ਕੱਪੜਾ ਪਾਤਾ ਵਿੱਚੇ ਫੁੱਲ, ਕਿਸੇ ਨੇ ਇੱਕ ਰੁਪਈਆ ਕਿਸੇ ਨੇ ਦੋ ਰੁਪਈਆ ਕਿਸੇ ਨੇ ਕੁਛ ਫੁੱਲਾਂ ਦੇ ਵਿੱਚ ਪਾਤੇ ਕੁਛ ਪੈਸੇ, ਕੁਛ ਪੰਡਤ ਨੂੰ ਦਿੱਤੇ ਇੱਕ ਰੁਪਈਆ, ਸਾਰੇ ਲੋਕਾਂ ਨੇ 100 ਰੁਪਈਆ ਪੰਡਤ ਨੂੰ ਦਿੱਤੇ, ਉਹਨਾਂ ਸਮੇਂ 100 ਬਹੁਤ ਹੋ ਗਿਆ ਫਿਰ ਪੰਡਤ ਜੀ, ਫਿਰ ਇਹਦੇ ਪਿੰਡੋਂ ਬਾਹਰ ਨਿਕਲੇ ਸ਼ਹਿਰੋਂ,
ਤਾਂ 2 ਰੁਪਈਆ ਜ਼ਿਆਦਾ ਰਾਹ ਜੀ ਨਾ ਉਹ ਡੋਲਾ ਘਰੇ ਰੱਖਿਆ ਵੀ ਉਹਨਾਂ ਨੇ ਹੁਣ ਦਰੱਖਤ 'ਤੇ ਚੜਿਆ ਉਹ ਥੈਲੀ ਜੀ ਬੰਨ ਦਿੱਤੀ ਉੱਤੇ ਪੈਸੇ ਘਰ ਰੱਖਣ ਚਲੇ ਗਿਆ ਮਗਰੋਂ ਇੱਕ ਚੂੜਾ ਆਇਆ ਉੱਪਰ ਪਾਲਣ ਬੋਲਣ ਤੋਂ ਉਹਦਾ ਉੱਪਰ ਜਿਹੜਾ ਥੈਲੀ 'ਚ ਬੱਜੀ ਹੁਣ ਥੈਲੀ ਖੋਲ ਲਿਆ ਚਾਹ ਕੇ ਵਿੱਚ ਪੈਸੇ ਪੂਸੇ ਕੱਢ ਕੇ ਸੁਭਾਅ ਇੱਧਰ ਮਾਰੀ ਹੱਡੀਆਂ ਆਉਂਦੀਆਂ ਪਾਲਕੀ ਦਾ ਬਾਣਾ ਸੱਤ ਲੈ ਗਿਆ ਜਦੋਂ ਪੜਤ ਗਿਆ ਉੱਥੇ ਕੁਛ ਵੀ ਨਾ ਥੈਲੀ ਥੁਲੀ ਉੱਥੇ ਕੁਛ ਵੀ ਨਾ ਦਮਾਨ ਖਿਲ ਰਿਹਾ ਨਾ ਉਹ ਮੈਂ ਸਿੱਧਾ ਹਰਦੁਆਰ ਨੂੰ ਚਲੇ ਗਿਆ ਹਰਦੁਆਰ ਤੋਂ ਉਹਨਾਂ ਥੋੜ੍ਹੇ ਜਿਹੇ ਪੈਸੇ ਦਿੱਤੇ ਬਰਾਨਾ ਬਲਦ ਬਰਾਨਾ ਇਹ ਬਰਾਨੇ ਸਹਾਰਨਪੁਰ ਤੋਂ ਆਏ ਜੀ ਸੰਸਕਾਰ ਹੋ ਗਿਆ ਖਿੜਕੀ ਬਣਾ ਕੇ ਕਿਹੜੇ ਫੁੱਲ ਉਹਨਾਂ ਦੇ ਪਾਸ ਤੇ ਜੀ ਕਰ ਗਿਆ ਜੀ ਹੋ ਗਈ ਗਤੀ ਬਾਈਆ ਜੀ ਪਹੁੰਚ ਗਿਆ ਸਾਡੇ ਨਾਲ ਚਲੋ ਜੀ ਖਿੱਟੀ ਲਿਆ ਕੇ ਘਰ ਦੇ ਬਣਾ ਦੇ ਲਓ ਜੀ ਚਲੋ ਜੀ ਸਾਰੇ ਘਰ ਦੇ ਬੜੇ ਖੁਸ਼ ਬਾਈਆ ਜੀ ਪਹੁੰਚ ਗਿਆ ਉਦੋਂ ਸੀਗੀਆਂ ਗਰਮੀਆਂ ਮੋਹਰੇ ਆ ਗਿਆ ਸਿਆਲ ਉਹ ਚੂੜੇ ਨੇ ਉਸ ਕੱਪੜੇ ਦੀ ਚੰਗੀ ਸਮਾਜ ਚੰਗੀ ਸਮਾ ਕੇ ਉਹਨਾਂ ਦੇ ਘਰੇ ਝਾੜੂ ਦੇ ਫਿਰ ਗਈ ਉਹਨੇ ਨੋਹ ਕਹਿੰਦੀ ਬਈ ਇਹ ਤਾਂ ਕੱਪੜਾ ਇਹਦੇ ਕੋਲ ਕਿੱਦਾਂ ਆ ਗਿਆ ਕੀਮਤੀ ਬਹੁਤ ਆ ਵੀ ਇਹ ਤਾਂ ਭਾਈਆ ਜੀ ਦੇ ਉੱਪਰ ਪਾਲਕੀ ਦਿੱਤਾ ਹੋ ਗਈ ਉਹਨੇ ਉਸੇ ਵੇਲੇ ਦੁਕਾਨ 'ਤੇ ਸੁਨੇਹਾ ਭੇਜਿਆ ਵੀ ਘਰ ਨੂੰ ਆਇਓ ਜਰਾ ਘਰ ਨੂੰ ਬੰਦੇ ਆਏ ਅਤੇ ਤੁਸੀਂ ਆ ਗਿਆ ਜੇ ਆ ਗਿਆ ਕੱਪੜਾ ਪਾਈ ਫਿਰਦਾ ਭਾਈਆ ਜੀ ਦੇ ਜਿਹੜਾ ਪਾਲਕੀ ਦੇ ਉੱਪਰ ਸੀ ਉਹ ਆਈ ਹੁਣ ਚੂੜੇ ਨੇ ਦਬਕਾ ਮਾਰਿਆ ਤੂੰ ਉਹ ਕਿੱਥੋਂ ਲਿਆ ਕੱਪੜਾ ਉਹ ਕਹਿੰਦਾ ਬੀਬੀ ਜੀ ਮੈਨੂੰ ਪਤਾ ਜੀ ਉਹ ਤਾਂ ਉੱਥੇ ਬਾਹਰ ਦਰਖਤ ਨੇ ਥੈਲੀ ਜੀ ਟੰਗੀ ਹੋਈ ਸੀ ਮੈਂ ਪਿੱਛੋਂ ਕੱਪੜੇ ਦਾ ਸਵਾਸ ਨੂੰ ਕੱਢ ਕੇ ਉੱਧਰ ਮਾਰੀ ਮੈਨੂੰ ਕੀ ਪਤਾ ਸੀ ਬਾਪੂ ਚੰਗੀ ਆ ਪਾਈ ਫਿਰਦੇ ਪੰਡਿਤ ਤੇ ਗਈ ਖਾਨੇ ਹੋ ਜੀ ਪੰਡਿਤ ਦੇ ਪੈਰਾਂ ਹੇਠ ਮਿੱਟੀ ਨੇ ਕਹੀ ਚੰਗੀ ਸੱਚੀ ਉਹੀ ਸੀ ਪੰਡਿਤ ਕਹਿੰਦਾ ਜੀ ਗੱਲ ਸੁਣੋ ਤੁਹਾਨੂੰ ਆਖੇ 100 ਹੱਥ ਰਸਾ ਸਿਰੇ ਤੇ ਗੰਢ ਤੁਸੀਂ 5-6 ਬੰਦੇ ਪਹਿਲਾਂ ਪਾਲਕੀ ਲੈ ਕੇ ਚੱਲੇ ਭਾਈਆ ਜੀ ਮੁੜੇ ਆਏ ਫਿਰ ਤੁਸੀਂ 2 ਬੰਦੇ ਘੋੜੀ 'ਤੇ ਲੈ ਕੇ ਗਏ ਭਾਈਆ ਜੀ ਫਿਰ ਮੁੜੇ ਆਏ ਇੰਨੇ ਬੰਦਿਆਂ ਨਾਲ ਨਹੀਂ ਗਿਆ ਮੇਰੇ ਨਾਲ ਕਦੇ ਨਾ ਕਦੇ ਕਹਿੰਦਾ ਅਰੇ ਭਾਗਾ ਜੀ ਇਹ ਨਹੀਂ ਸੀ ਇਹਦੇ ਭਾਗਾ 'ਚ ਇਹ ਨਹੀਂ ਸੀ ਇਹਦਾ ਰੱਬ ਨੂੰ ਨਹੀਂ ਪਾਉਂਦਾ ਵੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਉਹ ਰੱਬ ਦੀ ਦਰਗਾਹ 'ਚ ਨਹੀਂ ਹੈ ਚੰਗਾ ਰਾਜੇ ਦੇ ਪ੍ਰਤਾਪ ਉਹ ਕਹਿੰਦੇ ਰੱਬ ਜਿਹਨੂੰ ਇਹਦੇ ਭਾਗਾ 'ਚ ਹੁੰਦਾ ਰੱਬ ਦੇ ਘਰ ਉਹੀ ਪਹੁੰਚਦਾ ਸੇਵਾ ਵੀ ਉਹੀ ਕਰਦਾ ਜਿਹਦਾ ਵੀ ਉਹੀ ਪਹੁੰਚਦਾ ਮਰਿਆ ਵੀ ਉਹੀ ਪਹੁੰਚਦਾ ਜਿਹੜਾ ਭਾਗਾਂ ਤੋਂ ਜੀਣਾ ਆ ਨਾ ਉਹ ਜੀਂਦਾ ਜਾਂਦਾ ਨਾ ਮਰਿਆ ਜਾਂਦਾ ਪਰ ਉਹਨੂੰ ਰੱਬ ਕਹਿੰਦਾ ਇੱਧਰੇ ਠੀਕ ਆ ਰੱਬ ਕਹਿੰਦਾ ਮਨ ਜਰੂਰ ਕੀਰਤਪੁਰ ਸਾਹਿਬ ਪਾਉਣਾ ਸਿੱਖ ਦਾ ਚੰਗਾ ਇਹ ਤਾਂ ਸਿੱਖ ਬਹੁਤ ਇਕੱਠੇ ਹੋ ਜਾਂਦੇ ਹੋਣੇ ਉੱਥੇ ਕੀਰਤਪੁਰ ਸਾਹਿਬ ਸੰਤ ਮੈਨੂੰ ਕਹਿੰਦੇ ਸਿੱਖ ਨੇ ਕਿਹਾ ਸੇਮ ਪਾਸੇ ਨੇ ਸਿੱਖ ਦੀ ਹੱਡੀ ਕਿਹਾ ਸਿੱਖ ਹੋਵੇ ਤਾਂ ਹੀ ਆ ਉਹਨੇ ਕਿਹਾ ਮੇਰੇ ਸਿੱਖ ਦੀ ਕਾਂ ਪੁੱਤਾ ਹੱਡੀ ਲਿਆ ਕੇ ਇੱਥੇ ਪਾ ਦੇਵੇ ਤਾਂ ਅਸੀਂ ਸੰਭਾਲ ਕਰਾਂਗੇ ਸੇਵੇਂ ਪਾਤਸ਼ਾਹ ਨੇ ਕਿਹਾ ਸਿੱਖ ਹੋਊਗਾ ਤਾਂ ਹੀ ਆ ਮੂਰਤੀਆਂ ਹੱਡੀਆਂ ਲਿਜਾ ਕੇ ਉੱਥੇ ਪਾ ਦੀਆਂ ਫਿਰ ਪੈਰਾਂ ਚੱਕ ਚੱਕ ਸਿੱਟੀ ਜਾਂਦੇ ਵਿੱਚ ਇਹਨੇ ਗੰਦਾ ਦਮ ਮੈਂ ਉਹਨਾਂ ਦੀ ਬੀਬੀ ਨੂੰ ਪਤਾ ਨਹੀਂ ਉਹਨੂੰ ਪਤਾ ਹੋਵੇ ਬੀਬੀ ਉਹਨਾਂ ਦੀ ਮੈਂ ਸੇਵਾ ਕਰਦਾ ਸੀ ਬਾਈ ਬਾਹਰ ਲੈ ਲਓ ਤਾਂ ਚਲੋ ਕੋਈ ਨਹੀਂ ਮੇਰੇ ਸ਼ਰਧਾਲੂ ਆ ਗਿਆ ਹਵਾ 'ਚ ਆ ਗਿਆ ਇਹ ਉਹ ਬੀਬੀ ਨੇ ਸਾਨੂੰ ਕਹਿੰਦੇ ਸੀ ਤਪ ਬਣ ਵੀ ਸਾਡਾ ਸੰਸਕਾਰ ਕਰਿਓ ਸਾਡੇ ਗੰਦੇ ਹੱਡ ਜਿੱਥੇ ਸਾਡੇ ਪਿਤਾ ਦੇ ਹੱਡ ਪਾਏ ਆ ਉੱਥੇ ਨਾ ਪਾਏ ਮਗੌਲ ਸਾਹਿਬ ਕਹਿੰਦੇ ਅਸੀਂ ਪਾਣੀ ਗੰਦਾ ਨਹੀਂ ਕਰਨਾ ਮੇਰੇ ਹੱਡ ਕਹਿੰਦੇ ਸੰਸਕਾਰ ਕਰ ਦਿਓ ਅਤੇ ਸਾਡੇ ਪਿਤਾ ਦਾ ਪਵਿੱਤਰ ਸਰੀਰ ਸੀ ਜਿੱਥੇ ਉਹ ਪਾਇਆ ਸਾਡਾ ਨਾ ਅਸੀਂ ਉਹਨਾਂ ਸੰਸਕਾਰ ਹੀ ਕੀਤਾ ਤਾਂ ਨੇੜੇ ਤੱਕਾਂ ਉਹ ਮੇਰੇ ਸਾਹਮਣੇ ਨੇ ਕਈ ਵਾਰ ਕਿਹਾ ਕਹਿੰਦੇ ਮੇਰਾ ਸੰਸਕਾਰ ਕਰਿਓ ਜਿੱਥੇ ਸਾਡੇ ਪਿਤਾ ਨੂੰ ਪਾਇਆ ਪਵਿੱਤਰ ਜਾਲਿਆ ਉੱਥੇ ਨਾ ਸਾਡੇ ਕਹਿੰਦੇ ਸਾਡੇ ਗੰਦੇ ਹੱਡ ਕਿੰਨਾ ਸਤਿਕਾਰ ਦੇਖੋ ਭਾਵੇਂ ਪਾਣੀ 'ਚ ਹੋਰ ਬਥੇਰੇ ਉੱਥੇ ਗੰਦੇ ਮੰਦੇ ਜਾਨਵਰ ਡਿੱਗ ਗਏ ਸਤਿਕਾਰ ਆਪਣੇ ਗੁਰੂ ਦਾ ਇੰਨਾ ਵੀ ਜਿੱਥੇ ਮੇਰੇ ਪੇ ਦੇ ਹੱਡ ਗਏ ਆ ਪਵਿੱਤਰ ਸਰੀਰ ਸੀ ਉਹਨਾਂ ਦਾ ਸਾਡੇ ਹੱਡ ਨਾ ਉੱਥੇ ਪਾ ਸਾਡੇ ਗੰਦੇ ਇਹ ਪਵਿੱਤਰ ਸਰੀਰ ਹੁੰਦੇ ਆ ਇਹਨਾਂ ਦੇ ਅੰਦਰੋਂ ਗੰਦਗੀ ਨਹੀਂ ਨਿਕਲਦੀ ਬਾਕੀ ਦੁਨੀਆਂ ਦੇ ਅੰਦਰੋਂ ਗੰਦਗੀ ਨਿਕਲਦੀ ਆ ਬਾਕੀਆਂ ਦੇ ਸਾਰੇ ਅੰਦਰੇ ਗੰਦਗੀ ਵਸਾਉਂਦੇ ਆ ਬਾਬੇ ਪੁੱਛਵਾਲਾ ਸੇਵਕ ਸੀ ਪਟਿਆਲੇ ਵਾਲੇ ਭੁਪਿੰਦਰ ਸਿੰਘ ਆਪ ਕੈਪਟਨ ਹੋਣੀ
ਬਾਬੇ ਪੁੱਛਣ ਵਾਲੇ ਨੇ ਪਿਸ਼ਾਬ ਕਰਕੇ ਪਿਆਲਾ ਭਰ ਗਿਆ ਭੁਪਿੰਦਰ ਸਿੰਘ ਜੀ ਤਾਂ ਕਹਿੰਦੇ ਲੈ ਫੜ ਟੁੱਟਿਆ ਪੀ ਲਾ ਉਹਨੇ ਪਰੇ ਨੂੰ ਕਰਕੇ ਡੋਲ ਤਾਂ ਕਹਿੰਦੇ ਹੁਣੇ ਪੀ ਲੈਂਦਾ ਹੁਣੇ ਬ੍ਰਹਮ ਗਿਆਨ ਦੇ ਜਾਣਾ ਵੀ ਬੜਾ ਸੀ ਤਾਂ ਪੇਪਰ ਔਖਾ ਵੀ ਬੜਾ ਸੀ ਬੜੀ ਕਲਾਸ ਦਾ ਪੇਪਰ ਸੀ ਤੇ ਬੜੀ ਕਲਾਸ ਦਾ ਪੇਪਰ ਸਗਾ ਵੀ ਔਖਾ ਪੇਪਰ ਬਾਬੇ ਰਵਿਦਾਸ ਨੇ ਛੱਡਤਾ ਪਾਣੀ ਉੱਦਾਂ ਹੀ ਉਹ ਨੌਕਰਾਣੀ ਉਹ ਦਾਸੀ ਚੱਟ ਗਈ ਉਹਨੂੰ ਚੱਟ ਗਈ ਬ੍ਰਹਮ ਗਿਆਨ ਉਹ ਪਾਣੀ ਦੇ ਦਿੱਤਾ ਬਾਬੇ ਰਵਿਦਾਸ ਨੇ ਬੁੱਢੇ ਨੂੰ ਰਾਜੇ ਨੂੰ ਰਾਜੇ ਨੇ ਉਹਦੇ ਰੋਲ ਤਾਂ ਥੱਲੇ ਇੱਦਾਂ ਕੱਪੜੇ ਲਿਪੜ ਗਏ ਬੜੀ ਨੌਕਰਾਣੀ ਕੱਪੜੇ ਧੋਣ ਵਾਲੀ ਹੁਣ ਕਹਿ ਰੰਗ ਲੈਂਦਾ ਨਹੀਂ ਚੂਸ ਕੇ ਦੇਖਿਆ ਉਹਨੂੰ ਬ੍ਰਹਮ ਗਿਆਨ ਫਿਰ ਰਾਜਾ ਗਿਆ ਕਹਿੰਦੇ ਰਾਜੇ ਤੇਰੇ ਬਾਗਾਂ ਚ ਨੌਕਰਾਣੀ ਦੇ ਬਾਗਾਂ ਸੀ ਉਹਨੂੰ ਬ੍ਰਹਮ ਅਵਸਥਾ ਹੋਈ ਗੁਰੂ ਨਾਨਕ ਦੇ ਪੈਰ ਚੱਟਣ ਨਾਲ ਉਹ ਦਾਸੀ ਨੂੰ ਹੋ ਗਿਆ ਬ੍ਰਹਮ ਗਿਆਨ ਕਹਿੰਦੇ ਉਹ ਕਹਿੰਦੇ ਇਹ ਕਮਲੀ ਚਾਲੀਆਂ ਇਹ ਚਲੀਆਂ ਕਮਲੀਆਂ ਦਾ ਮਹਾਰਾਜ ਕਹਿੰਦੇ ਨਹੀਂ ਬਹੁਤਾ ਵਿਸ਼ਵਾਸ ਕਰੀਦਾ ਉਹ ਕਹਿੰਦੀ ਮਹਾਰਾਜ ਹੁਣ ਤਾਂ ਤੁਹਾਨੂੰ ਮਾਤਾ ਜੀ ਕਹਿਣ ਲੱਗਿਆ ਜਿਹੜੇ ਨੌਕਰ ਸਾਡੇ ਇੱਥੇ ਕੰਮ ਕਰਨ ਵਾਲੇ ਵੀ ਮਖੌਲ ਕਰਦੇ ਆ ਮੈਂ ਇਹਨੂੰ ਕਿਹਾ ਉਹਨਾਂ ਨੂੰ ਉਠਾ ਲਿਆ ਪ੍ਰਸ਼ਾਦਾ ਛਕਾਉਣਾ ਤਾਂ ਇਹ ਕਹਿੰਦੀ ਮਹਾਰਾਜ ਇੱਥੇ ਸਿੱਖ ਦਾ ਜਹਾਜ਼ ਬੰਨੇ ਲਾਉਣ ਗਏ ਉਹ ਤਾਂ ਝੇ ਹੀ ਨਹੀਂ ਮਹਾਰਾਜ ਕਹਿੰਦੇ ਚੱਲੀਆਂ ਕਮਲੀਆਂ ਦਾ ਨਹੀਂ ਇਹ ਬਹੁਤਾ ਵਿਸ਼ਵਾਸ ਕਰੀਦਾ ਉੱਦਾਂ ਹੀ ਮਾਰ ਦੀਆਂ ਇਹਦੀਆਂ ਗੱਲਾਂ ਉਹ ਚੱਲੀ ਕਮਲੀ ਹੋ ਗਈ ਮਹਾਰਾਜ ਕਹਿੰਦੇ ਇੱਥੇ ਰਹੂ ਚੱਲੀ ਅੱਗੇ ਰਹੂ ਸਵੱਲੀ ਦਰਗਾਹ ਸਵੱਲੀ ਰਹੂਗੀ ਇੱਥੇ ਤਾਂ ਚੱਲੀ ਰਹੂ ਲਾਪੇ ਕਹਾ ਫਟਾਫਟਾ ਕੰਮ ਦੀਆਂ ਗੱਲਾਂ ਕਰਨ ਪੈਰ ਚੱਕਣ ਨਾਲ ਇਹਨਾਂ ਦੇ ਪਵਿੱਤਰ ਸਰੀਰ ਸੀ ਬਾਬੇ ਫਰੀਦ ਨੇ ਇਹਨਾਂ ਨੂੰ ਕਿਹਾ ਕਿ ਨਹੀਂ ਪਿਸ਼ਾਬਦਾ ਸਾਹ ਚ ਚੁੰਮਾ ਪੈਰ ਉਹਨਾਂ ਦੇ ਪੈਰਾਂ ਨੂੰ ਕਹਿੰਦੇ ਚੁੰਮਾ ਪਵਿੱਤਰ ਸਰੀਰ ਸੀ ਪਵਿੱਤਰ ਸਾਰੇ ਇੰਦਰੀ ਉਹਨਾਂ ਦੇ ਪਵਿੱਤਰ ਸੀ ਅੱਖਾਂ ਨੱਕ ਮੂੰਹ ਸਾਰੇ ਇੰਦਰੀ ਸਾਰੇ ਪਵਿੱਤਰ ਸੀ ਉਹਨਾਂ ਚੋਂ ਗੰਦਗੀ ਨਹੀਂ ਨਿਕਲਦੀ ਪਵਿੱਤਰ ਸਰੀਰਾਂ ਚੋਂ ਗੰਦਗੀ ਉਹਨਾਂ ਕੋਲ ਗੰਦਗੀ ਤਾਂ ਆਉਂਦੀ ਨਹੀਂ ਨੇੜੇ ਤੇ ਆਪਣੇ ਪਤੀ ਦੀ ਗੱਲ ਹੋਵੇ ਤਾਂ ਚੰਗੀ ਲੱਗਦੀ ਇਸਤਰੀ ਨੂੰ ਉਹਦੀ ਸਿਫਤ ਚੰਗੀ ਲੱਗਦੀ ਆ ਜੇ ਤੁਹਾਡੇ ਗੁਰੂ ਦੀ ਸੰਤ ਮਹਾਰਾਜ ਦੀ ਸਿਫਤ ਉੱਤੇ ਹੋਵੇ ਤਾਂ ਚੰਗੀ ਲੱਗਦੀ ਜੇਰੇ ਹੋਰ ਜਿਹਦੇ ਕਿਸੇ ਦੇ ਪਤੀ ਜੀ ਨੇ ਮਾਲੀ ਸੋਹਣੇ ਹੋਣ ਸਾਨੂੰ ਕਿਸੇ ਨਾ ਕੀ ਲਿਆ ਕੇ ਹੋਰ ਸੰਤਾਂ ਦੀਆਂ ਗੱਲਾਂ ਉੱਤੇ ਕਰਨੀਆਂ ਇਹਦੀ ਗੱਲ ਹੁੰਦੀ ਚੰਗੀ ਲੱਗਦੀ ਇਹਨਾਂ ਦਾ ਸਥਾਨ ਆ ਹੀ ਉੱਥੇ ਰਹੇ ਆ ਅਤੇ ਕੇਰੇ ਪਹਿਲਾਂ ਸੰਤ ਮਹਾਰਾਜ ਉੱਥੇ ਜਾ ਕੇ ਰਹਿੰਦੇ ਉਹਨੂੰ ਕਹਿੰਦੇ ਸਾਡਾ ਸ਼ਿਮਲਾ ਹੈ ਉਹ ਦੂਜੀ ਸੰਪਰਦਾ ਆ ਕੇ ਬਹਿ ਗਈ ਉਹ ਇਹਨਾਂ ਦਾ ਨਾਮ ਹੀ ਇੰਨੇ ਤੁਹਾਡੇ ਬੰਦੇ ਸੀ ਮੈਂ ਕਿਹਾ ਨਾ ਜੇ ਸੁਭਾਅ ਜਿਹੜਾ ਮਰਜ਼ੀ ਬਹਿ ਜਾਂਦਾ ਆਪਣੇ ਗੁਰੂ ਦੀ ਗੱਲ ਤਾਂ ਕਰਦੇ ਮਾਰ ਖਾਧੀ ਸੀ ਗਾਲਾਂ ਖਾਧੀਆਂ ਸੀ ਮਾੜਾ ਮੋਟਾ ਉਹਦੇ ਸਾਹਮਣੇ ਨਹੀਂ ਸੀ ਬਹਿ ਸਕਦਾ ਗਾਲਾਂ ਕੱਢਦੇ ਸੀ ਪੁੱਛੋ ਨਾ ਜੀ ਸਿਨੇਮਾ ਤੋਂ ਕੰਜਰ ਦੇ ਆ ਤੇ ਕੀ ਤੇਰਾ ਕਿੰਨਾ ਬੁਰਾ ਹਾਲ ਤੈਨੂੰ ਪੁੱਛਣਾ ਕਿਸੇ ਨੂੰ ਉਹੀ ਗੱਲ ਬਾਬਿਆਂ ਮੇਰਾ ਸਾਹਮਣੇ ਗੱਲਾਂ ਦੇਖੀ ਬਾਬੇ ਨੇ ਕੁਛ ਮਾਨ ਸੋਹਣ ਭੇਜਿਆ ਸੀ ਇਹਨੇ ਬਦਲੇ ਤੇ ਕੀਤਾ ਬਾਬਿਆਂ ਬਹੁਤ ਗਾਲਾਂ ਕੱਢੀਆਂ ਤੈਨੂੰ ਪੁੱਛਣਾ ਕਿਸੇ ਨੀ ਦੇਖੀ ਤੇਰਾ ਕਿੰਨਾ ਬੁਰਾ ਹਾਲ ਕਰਦੇ ਆ ਬਹੁਤ ਗਾਲਾਂ ਕੱਢੀਆਂ
ਮੈਨੂੰ ਕਹਿੰਦਾ ਕੌਣ ਹੈ? ਉਹ ਕਹਿੰਦੇ ਜੀ ਮੈਨੂੰ ਗਾਲ ਨਹੀਂ ਕੱਢੀ ਅਤੇ ਸਿੱਧਾ ਨਹੀਂ ਕਹਿੰਦੇ ਮਹਾਰਾਜ ਦਾ ਪੋਤਾ ਹੈ, ਇੱਦਾਂ ਗੱਲ ਕਰੀ। ਪ੍ਰਸ਼ਾਂਸੂ ਦਾ ਮੁੰਡਾ ਹੈ, ਇਹ ਗੱਲ ਕਹਿ ਕੇ ਕੀ ਕਰਨਾ ਹੈ? ਮੈਂ ਕਿਹਾ ਦਰਸ਼ਨ ਕਹਿੰਦੇ ਮੈਨੂੰ ਗਾਲ ਨਹੀਂ ਕੱਢੀ, ਬਾਕੀ ਸਾਰਿਆਂ ਨੂੰ ਕੱਢੀਆਂ, ਮੈਨੂੰ ਨਹੀਂ ਕਿਹਾ। ਮੈਨੂੰ ਕਹਿੰਦੇ ਕਥਾ ਸੁਣਾ ਦਿਓ ਮੈਨੂੰ। ਮੈਂ ਚਾਰ ਪਦਾਰਥ ਹੁਕਮ ਨਾ ਇਹ ਦਸ ਵਸਤੂ ਦੇ ਪਾਸੇ ਪਾਵੇ ਇੱਕ ਵਸਤ ਕਾਰਨ ਵੀ ਪੁੱਛਦਾ ਮੈਂ ਦੱਸਣ ਲੱਗਾ। ਉਹ ਇੱਕ ਹੋਰ ਕਹਿੰਦਾ ਜੀ ਇੱਦਾਂ ਇੱਦਾਂ, ਉਹਨੂੰ ਦਬਕਾ ਮਾਰਿਆ ਪਿੱਛੇ ਪਿੱਛੇ ਰਹਿ ਗਈ, ਇੱਕ ਹੋਰ ਪਾਸੇ ਹੋ ਗਿਆ। ਫਿਰ ਮੈਨੂੰ ਨਹੀਂ ਕੁਛ ਵੀ ਕਿਹਾ, ਮੈਂ ਇਹਨੂੰ ਦੋ ਕੁ ਵਾਰੀ ਕਿਹਾ ਮੈਨੂੰ ਗਾਲ ਨਹੀਂ ਕੱਢੀ। ਕੁੱਤਾ ਭੁੱਕਦਾ ਕਹਿੰਦੀ, ਕੁੱਤੇ ਦਰਸ਼ਨ ਕਰਕੇ ਤੁਸੀਂ ਕੀ ਲੈਣਾ? ਇਹ ਕੁੱਤਾ ਭੁੱਕੀ ਜਾਂਦਾ, ਉਹੀ ਗੱਲ ਉਹੀ ਪ੍ਰਮਾਤਮਾ ਕੋਈ ਨਹੀਂ ਪੁੱਛਦਾ, ਉਹ ਬੈਠਾ ਫਿਰ ਇਹਦਾ ਹੋਵੇ ਸ਼੍ਰੀਮਾਨ ਤੂੰ ਮੰਨ ਲਉ। 12 ਸਾਲ ਇੱਥੇ ਸ਼੍ਰੀਮਾਨ ਰਿਹਾ, ਉੱਥੇ ਬੈਠਾ ਉਸ ਤੋਂ ਬਾਅਦ ਮੇਰੇ ਸਾਹਮਣੇ ਦੀ ਗੱਲ ਹੈ, ਮੈਂ ਕੋਲ ਇੱਥੇ ਪੈਰੇ ਕਹਿੰਦੇ ਬਦਲਦੇ ਰਹਿੰਦੇ ਆ, ਪਰ ਕਦੀ ਪਹਿਰਾ ਫਿਰ ਗਰਮ ਹੋ ਜਾਣਾ, ਕਦੀ ਪਹਿਰਾ ਫਿਰ ਉੱਤੇ ਕੁਛ ਵੀ ਨਹੀਂ ਸੀ, ਅੰਦਰ ਇੱਕ ਮੰਜਾ ਹੀ ਸੀ, ਕੁਛ ਵੀ ਨਹੀਂ ਸੀ, ਪਰ ਇਹ ਡੰਡੇ ਗੋਲ ਗੋਲ ਰੱਖ ਕੇ ਥੱਲੇ ਡੰਡੇ ਜਿਹਾ ਕੱਢ ਕੇ ਇੱਕ ਮੰਜਾ ਜਿਹਾ ਬਣਾਇਆ ਸੀ। ਨੰਗੇ ਸਿਰ ਸੀ ਉਹ ਪਰੇ ਬਣਾਏ ਆ, ਥੜੇ ਜਿਹਾ ਮੈਂ ਕਿਹਾ ਕਵਰ ਆਇਆ ਹੈ ਪਿਛਲੇ ਪਾਸੇ ਪਹਿਲਾਂ ਕਵਰ ਨਹੀਂ ਹੁੰਦੀ, ਉਹ ਕਹਿੰਦੇ ਬੈਠਣ ਨੂੰ ਬਣਾਇਆ ਹੋਇਆ ਇਹ ਟੋਲਾ ਬੈਠਣ ਨੂੰ ਬਣਾਇਆ ਹੋਇਆ, ਕਵਰਾਂ ਜਿਹੀਆਂ ਬਣਾਈਆਂ। ਬਾਬਾ ਤੂੰ ਏਦਾਂ ਮਗਰ ਤੁਰਿਆ ਫਿਰਦਾ ਪੰਜਰ ਦੇ ਆ, ਬਾਬਾ ਤੂੰ ਬਹੁਤ ਗਾਲਾਂ ਕੱਢਦੀ ਸੀ, ਐਵੇਂ ਕਹਿੰਦੇ ਗਲੇ 'ਚ ਪਾ ਲਿਆ ਇਹ ਵਿਆਹ ਕੇ, ਮੈਂ ਤਾਂ ਪਛਤਾਉਣਾ ਇਹਨੂੰ, ਇਹ ਕੰਮਾਂ ਨਿਕਲਿਆ ਸਰਾਣਾ ਲਿਆ। ਜਗਦੀਸ਼ ਕਹਿੰਦਾ ਮੈਂ ਸਰਾਣਾ ਲਵਾਂ ਤਾਂ ਫਿਰ ਉਹ ਕੰਜਰ ਦੇ ਸਰਾਣਾ, ਮੈਂ ਜਾ ਕੇ ਉਹ ਕੰਜਰ ਦੇ ਸਰਾਣਾ, ਮੈਂ ਕਹਿੰਦਾ ਹੋਰ ਲੱਭਾ ਉਹਦੇ ਸਰਾਣਾ ਹੀ ਹੈ ਨਾ, ਉਹ ਕੰਜਰ ਦੇ ਸਰਾਣਾ ਲਿਆ, ਮੈਂ ਦੇਖਿਆ ਸਰਾਣਾ ਲੱਭਾ ਹੀ ਨਾ, ਅੰਦਰੋਂ ਵੀ ਆਉਂਦਾ ਇੱਕ ਬੋਰੀ ਵਿੱਚ ਪੱਤੇ ਪੁੱਤੇ ਪਾਏ, ਉਹ ਲਿਆਂਦਾ ਬੋਰੀ ਕਹਿੰਦੇ ਸਰਾਣਾ, ਹੁਣ ਆਮ ਬੰਦੇ ਨੂੰ ਕੀ ਪਤਾ ਅਗਲਾ ਕਹਿੰਦਾ ਬੋਰੀ 'ਚ ਪੱਤੇ ਪਾਏ ਹੋ, ਉਹ ਕੰਜਰ ਦੇ ਤੈਨੂੰ ਸਰਾਣਾ ਨਹੀਂ ਲੱਭਦਾ। ਇੱਕ ਮੁੰਡਾ ਸਾਡੇ ਬਾਬੇ ਨਾਨਕ ਸਰੀਏ ਆਉਂਦੇ ਆ, ਉਹਨਾਂ ਦੀ ਸੁਰਤ ਮੁੰਡਾ ਆਉਣਾ, ਉੱਥੇ ਗਿਆ ਤਾਂ ਕਹਿੰਦੇ ਉਹ ਕੀ ਲੱਗਾ ਆ ਆਹਦੇ ਅੰਬ ਲੱਗੇ ਹੋ, ਉਹ ਨਹੀਂ ਮਾਰਾ ਬੇ ਰਿਹਾ ਜੀ, ਉਹ ਕੰਜਰ ਦੇ ਅੰਬ ਲੱਗੇ ਹੋ ਆਹਦੇ ਬੇ ਰਿਹਾ ਜੀ, ਇਹਦੀ ਕੰਜਰ ਦੇ ਆ ਜਾ ਕੇ ਸਾਧ ਦੀ ਸੰਗਤ ਕਰ। ਮੈਂ ਕਿਹਾ ਕੀ ਕਰੇ ਜੀਵ ਜੇ ਕਹਿਣ ਦਾ ਮਹਾਰਾਜ ਅੰਬੇ ਹੀ ਆ, ਤੈਨੂੰ ਕੰਜਰ ਦੇ ਅੰਬ ਦੀ ਦੇ ਬੇ ਰਿਹਾ ਅਫਸਰਾਂ ਦਾ ਕੋਈ ਪਤਾ ਨੀ ਕਿੱਧਰ ਨੂੰ ਹੈ ਕੰਜਰ ਦਾ, ਅੰਨੇ ਨੂੰ ਦੀਦੇ ਆ ਪੇ ਰਿਹਾ, ਇਹਨੂੰ ਅੰਬ ਕਹੀ ਜਾਂਦਾ, ਜੇ ਉਹਨੇ ਅੰਬ ਕਹਿ ਤੇ ਤਾਂ ਹੀ ਫਸ ਗਿਆ, ਨਹੀਂ ਗਿਆ ਤਾਂ ਹੀ ਫਸ ਗਿਆ, ਇਹਨਾਂ ਦੇ ਮੋਹਰੇ ਦਾ ਚੁੱਪ ਹੀ ਆ, ਆਰਾਮ ਨਾਲ ਚੁੱਪ ਕਰਕੇ ਖੜ ਜਾ। ਸਾਰੀ ਦੁਨੀਆ ਨਹੀਂ ਆ, 95% 80% ਤਾਂ ਲੋਕਾਂ ਨੂੰ ਤਕਰੀਬਨ ਉਹ ਕਹੋ ਵੀ ਇਹ ਨਾ ਪੈਸਟੀਸਾਈਡ ਦਵਾਈਆਂ ਨੇ ਖਾਦਾਂ ਦਾ ਅਸਰ ਨਹੀਂ ਹੈ, ਖਾਦਾਂ ਦੇ ਕਿਤਾਬ ਦੇਤਾ, ਯੂਰੀਆ ਤੁਹਾਡੇ ਅੰਦਰ ਵੀ ਹਨ, ਫਾਸਫੋਰਸ ਤੁਹਾਡੇ ਅੰਦਰ ਵੀ ਹੈ, ਪੈਸਟੀਸਾਈਡ ਦਵਾਈਆਂ ਜਿਹੜੀਆਂ ਧਰਤੀ 'ਤੇ ਅਸਰ ਕਰਦੀਆਂ ਉਹਨਾਂ ਨੇ ਸਾਡੇ 'ਤੇ ਅਸਰ ਕਰਦੀਆਂ, ਜਿਹੜੀ ਮੱਕੀ ਵਾਲੀ ਇੰਟਰਾਟਾਪ ਦਵਾਈ ਕਿਤੇ ਵਾਧੂ ਡੈਲੀਵਰ, 3-4 ਸਾਲ ਕਣਕ ਮਰ ਜਾਂਦੀ, ਜੰਮਦਾ ਕੁਝ ਨਹੀਂ,
ਉਹ ਪੈਸਟੀਸਾਈਡ ਦਵਾਈਆਂ ਨੇ ਸਾਡੇ ਸਰੀਰਾਂ 'ਤੇ ਅਸਰ ਕੀਤਾ, ਉਹਨਾਂ ਨੇ ਪੈਨ ਕਿਰਿਆ 'ਤੇ ਜਿਹੜਾ ਅਸਰ ਕਰ ਦਿੱਤਾ ਉਹਦੇ 'ਤੇ ਉਹਦੇ ਨਾਲ ਸਾਰਿਆਂ ਦਾ ਅਸਰ ਹੋ ਗਿਆ। ਸੰਤ ਮਹਾਰਾਜ ਕਹਿੰਦੇ ਉਦੋਂ ਸੰਤ ਮਹਾਰਾਜ ਦੱਸਦੇ ਸੀ ਜਦੋਂ ਕਾਲ ਦੇ ਨਾਨਕਾਨ ਸੀ ਮਹਾਰਾਜ ਕਹਿੰਦੇ ਇੱਕ ਸਮਾਂ ਐਸਾ ਆ ਜਾਣਾ ਕਾਲਯੁਗ ਦਾ ਦਾਣੇ ਦਾਣੇ 'ਤੇ ਅਸਰ ਔਰ ਦਾਣੇ ਦਾਣੇ 'ਤੇ ਕਾਲਯੁਗ ਦਾ ਇਹ ਨਹੀਂ ਸਪਰੇਅ ਕਰਦੇ ਕਣਕ ਹੁੰਦੀ ਨੂੰ ਅੱਗੇ ਬਿਮਾਰੀ ਪੈ ਜਾਂਦੀ ਸੀ ਕੋਈ ਵੀ ਐਤਕੀ ਨਹੀਂ ਅਸੀਂ ਭੰਗ ਸੁੱਕ ਦੇ ਕੀਤਾ ਨਹੀਂ ਤਾਂ ਪੀਲੀ ਕੂੰਗੀ ਪੈ ਕੇ ਮਰ ਜਾਣੀ ਸਨ ਪੈ ਨਹੀਂ ਸੀ ਵਿਸ਼ਵਾਸ ਨਹੀਂ ਆ ਜੇ ਤੁਹਾਡਾ ਵਿਸ਼ਵਾਸ ਨਹੀਂ ਤਾਂ ਕੁਛ ਵੀ ਨਹੀਂ ਪਵਾਂ ਸਾਹਮਣੇ ਰੱਬ ਬੈਠਾ ਜੇ ਵਿਸ਼ਵਾਸ ਹੈ ਤਾਂ ਪੱਥਰ 'ਤੇ ਪੱਥਰ 'ਤੇ ਵਿਸ਼ਵਾਸ ਜਿਹੜਾ ਰੱਬ ਨਿਕਲਿਆ ਪੱਥਰ ਤੋਂ ਇੱਕ ਜੰਗਲ ਵਿੱਚ ਇੱਕ ਮੰਦਰ ਸੀਗਾ ਉੱਥੇ ਤਿੰਨ ਮੂਰਤੀਆਂ ਸੀ ਇੱਕ ਰਾਮ ਜੀ ਮਹਾਰਾਜ ਇੱਕ ਹਨੂੰਮਾਨ ਇੱਕ ਸੀਤਾ ਜੀ ਤਿੰਨ ਮੂਰਤੀਆਂ ਇੱਕ ਅੰਦਰ ਅੰਦਰ ਆਪਾਂ ਇੱਕ ਪੰਡਿਤ ਜੀ ਉੱਥੇ ਵਿਚਾਰਾ ਕਥਾ ਕਰਦਾ ਸੀ ਆਉਂਦਾ ਜਾਂਦਾ ਕੋਈ ਹੈ ਨਹੀਂ ਕੋਈ ਇੱਕ ਅੱਧਾ ਬੰਦਾ ਆਉਂਦਾ ਸੀ ਕਿਤੇ ਮਾੜਾ ਮੋਟਾ ਚੜਾਵਾ ਚੜ੍ਹ ਜਾਂਦਾ ਸੀ ਪੰਡਿਤ ਜੀ ਸਵਾਰ ਔਖਾ ਹੀ ਸਵਾਰ ਪੰਡਿਤ ਜੀ ਨੇ ਰਮਾਇਣ ਦਾ ਪ੍ਰੋਗਰਾਮ ਪਾਠ ਕਰ ਦਿੱਤਾ ਉਹ ਕਹਿਣਾ ਸੀ ਦੋ ਦਿਨਾਂ ਤਿੰਨਾਂ ਦੀ ਦੋ ਦਿਨਾਂ ਉਹ ਕਹਿਣਾ ਉਹ ਵਿਚਾਰਾ ਲੱਗਾ ਰਿਹਾ ਬੰਦਾ ਕੋਈ ਆਉਂਦਾ ਨਹੀਂ ਆਉਂਦਾ ਨਹੀਂ ਉਹਨੇ ਕਿਹਾ ਚਲੋ ਇਸ ਤਰ੍ਹਾਂ ਰੱਬ ਦੀ ਕਥਾ ਕਰਨੀ ਇੱਕ ਦਿਨ ਉਹ ਪੰਡਿਤ ਜੀ ਕਥਾ ਕਰਕੇ ਆਇਆ ਕਿ ਕੱਲ੍ਹ ਨੂੰ ਭੋਗ ਪੈਣਾ ਸੀ ਅੱਜ ਦਾ ਦਿਨ ਤਾਂ ਪੰਡਿਤ ਜੀ ਆਇਆ ਸ਼ਾਮ ਅਤੇ ਮਗਰੋਂ ਇੱਕ ਲਾਲਾ ਸੀ ਉੱਥੇ ਸ਼ਹਿਰ ਦਾ ਹੀ ਉਹ ਉੱਥੇ ਮੰਦਰ 'ਚ ਮੱਥਾ ਟੇਕਣ ਜਾਂਦਾ ਉਹ ਮੱਥਾ ਟੇਕਣ ਗਿਆ ਉਹ ਮੂਰਤੀ ਬੋਲੀ ਰਾਮ ਜੀ ਮਹਾਰਾਜ ਦੀ ਮੂਰਤੀ ਬੋਲੀ ਹਨੂੰਮਾਨ ਜੀ ਮਹਾਰਾਜ ਜੀ ਹਜ਼ੂਰ ਹਾਂ ਜੀ ਦੱਸੋ ਜੀ ਉਹ ਕਹਿੰਦੇ ਪੰਡਿਤ ਵਿਚਾਰਾ ਸਾਡੇ ਭਰੋਸੇ 'ਤੇ ਕਥਾ ਕਰਦਾ ਉਹਨੂੰ ਕੁਛ ਦਿੱਤਾ ਕੋਈ ਰੋਟੀ ਪਾਣੀ ਕਹਿੰਦਾ ਮਹਾਰਾਜ ਕੱਲ੍ਹ ਨੂੰ 500 ਰੁਪਈਆ ਦੇ ਦੇਵਾਂਗੇ ਜੀ 500 ਰੁਪਈਆ ਦੇ ਉਹ ਲਾਲੇ ਨੇ ਸੁਣ ਲਿਆ ਇਹ ਲਮਾਂਗਰ ਮੁਨਾਫਾ ਦੇਖਦੇ ਮੁਨਾਫਾ ਹੁੰਦਾ ਕਿਤੇ ਉਹਨੇ ਸੁਣ ਲਿਆ 500 ਉਹ ਸਿੱਧਾ ਪੰਡਿਤ ਦੇ ਕਰਨ ਵੀ ਗਿਆ ਉਹਨੇ ਕਿਹਾ ਸੌਦਾ ਕਰ ਲਿਆ ਕਹਿੰਦੇ ਪੰਡਿਤ ਜੀ ਵੀ ਕੱਲ੍ਹ ਨੂੰ ਇੱਦਾਂ ਭੋਗ ਪੈਣਾ ਜੋ ਚੜਾਵਾ ਚੜ੍ਹ ਜਾਵੇ ਮੇਰਾ ਤੁਸੀਂ ਲੈ ਲਓ 300 ਰੁਪਈਆ ਦੇ ਦਿੱਤਾ 300 ਰੁਪਈਆ ਲੈ ਲਓ ਜਿੰਨਾ ਚੜਾਵਾ ਜਨ ਮੇਰਾ ਕਹਿੰਦੇ ਚਲੋ ਜੀ ਠੀਕ ਕਣਕ ਨੂੰ ਪਤਾ ਵੀ ਆਉਣਾ ਤੇ 300 ਮਿਲਦਾ ਇਹ ਤੋਂ ਵੀ ਜਾਵਾਂਗੇ ਜੋ ਮਿਲਦਾ ਲੈ ਲਓ ਕਹਿੰਦਾ ਠੀਕ ਹੈ ਦੂਏ ਦਿਨ ਪੰਡਿਤ ਵੀ ਚਲੇ ਗਿਆ ਲਾਲਾ ਵੀ ਚਲੇ ਗਿਆ ਦੋ ਚਾਰ ਕੁ ਬੰਦੇ ਆਏ 10 ਕੁ ਪੈਸੇ ਉੱਥੇ ਕਿੱਥੋਂ ਚੜ੍ਹਨੇ ਸੀ ਜੀ ਉੱਧਰ ਭੋਗ ਨਾ ਪਵੇ ਤੇ ਲਾਲੇ ਨੂੰ ਗੁੱਸਾ ਚੜ੍ਹੀ ਜਾਵੇ ਭੋਗ ਪੈ ਗਿਆ ਧੇਲਾ ਕੋਈ ਚੜ੍ਹਿਆ ਨਾ 5-7 ਰੁਪਈਏ ਸੀ ਸਾਰੇ ਚੜ੍ਹ ਗਿਆ ਪੰਡਿਤ ਜੀ ਆਪਣੇ ਕੰਮ ਚਲੇ ਗਿਆ ਇਹ ਵੀ ਉੱਥੇ ਘੁੰਮਣ ਘੁੰਮਣ ਲੱਗ ਪਿਆ ਜਿਹੜਾ ਲਾਲਾ ਸੀ ਜਾਂ ਸਾਰੇ ਲੋਕ ਘਰ ਨੂੰ ਚਲੇ ਗਏ ਇਹ ਵੀ ਅੰਦਰ ਗਿਆ ਸੀ ਤਾਂ ਹਨੂੰਮਾਨ ਦੀ ਮੂਰਤੀ ਨੂੰ ਗਿਆ ਉਹ ਢਿੱਡ 'ਚ ਲੱਤ ਮਾਰੀ ਸਾਰਾ ਕੱਲ੍ਹ ਕਹਿੰਦਾ ਸੀ ਹਨੂੰਮਾਨ ਨੇ ਲੱਤ ਫੜ ਲਈ ਇੱਦਾਂ ਲੱਤ ਨਾ ਛੱਡੇ ਹੁਣ ਮੂਰਤੀ ਹੈ ਮੂਰਤੀ ਦਾ ਅੰਦਰ ਪੱਥਰ ਪਾਇਆ ਸੀ ਜਿਹੜਾ ਲਾਲੇ ਨੇ ਖਿੱਚ ਧੂ ਕੀਤੀ ਗੱਲ ਬਣੇ ਨਾ ਲੰਮਾ ਪੈ ਗਿਆ ਉੱਥੇ ਉੱਥੇ ਨਿਆਣੇ ਖੇਡਦੇ ਸੀ ਛੋਟੇ ਛੋਟੇ ਨਿਆਣੇ ਨੂੰ ਖੇਡ ਖੇਡ ਨਿਆਣੇ ਬਾਜ਼ ਮਾਰਿਓ ਸਾਡੇ ਘਰੋਂ 200 ਰੁਪਈਆ ਲਿਆਇਓ ਸੁਨੇਹਾ ਵੀ ਉਹ ਪੰਡਿਤ ਨੂੰ ਸੱਦ ਕੇ ਲਿਆਇਆ ਉੱਥੋਂ ਘਰੋਂ ਉਹ ਨਿਆਣੇ ਪੰਡਿਤ ਜੀ ਨੂੰ ਸੱਦ ਕੇ ਲਿਆਏ 200 ਰੁਪਈਆ ਆ ਗਿਆ ਅਤੇ ਨਹੀਂ ਸੱਚ ਉਹਦੇ ਤੋਂ ਪਹਿਲਾਂ ਅਤੇ ਹਲੇ ਪਾਲਾ ਆਲਾ ਫੜਿਆ ਸੀ ਨਿਆਣੇ ਬਾਹਰ ਖੇਡਦੇ ਸੀ ਰਾਮ ਜੀ ਮਹਾਰਾਜ ਮੂਰਤੀ ਫਿਰ ਬੋਲੀ ਕਹਿੰਦੇ ਮਹਾਰਾਜ ਹਨੂੰਮਾਨ ਕਹਿੰਦੇ ਹਾਂਜੀ ਮਹਾਰਾਜ ਕਹਿੰਦੇ ਉਹ ਪੰਡਿਤ ਨੂੰ ਦੇਤਾ ਵਿਚਾਰਾ ਜਿਹੜਾ ਕਥਾ ਕਰਦਾ ਸੀ ਕੁਛ ਨਾ ਕੁਛ ਉਹ ਮਹਾਰਾਜ 300 ਰੁਪਈਆ ਕੱਲ੍ਹ ਦਵਾਤਾ ਸੀ 200 ਦੀ ਸਾਮੀ ਫੜੀ ਆ ਹਾਂਜੀ 200 ਦੇ ਦੂਗਾ ਤਾਂ ਲੱਤ ਚੜ ਦੇ ਨੇ ਛੱਡਣੀ ਹੁਣ ਮੈਂ ਸੁਣ ਲਿਆ ਆਪਣਾ 200 ਬਿਨਾਂ ਛੁਟਕਾਰਾ ਤੈਨੂੰ ਇਹ ਦੇਣਾ ਹੀ ਪੈਣਾ ਫਿਰ ਹੁਣ ਤਰਸ ਨਿਆ ਭੇਜਿਆ ਨਿਆਣੇ ਨੂੰ ਬਾਜ਼ ਮਾਰੀ ਉਹ ਰਿਹਾ ਉਹ ਗੱਲ ਸੁਣ ਨਿਆਣੇ ਨੂੰ ਕੀ ਪਤਾ ਲੰਮਾ ਕੱਲ੍ਹ ਨਹੀਂ ਪਿਆ ਨਿਆਣੇ ਨੂੰ ਕੀ ਪਤਾ ਸੀ
ਇਹਨੇ ਘਰਦਿਆਂ ਨੇ ਦੱਸਤਾ, ਪੰਡਿਤ ਜੀ ਨੇ ਦੱਸਤਾ, ਆ ਗਿਆ ਬਸ। ਦੋ ਸੌ ਰੁਪਈਆ ਪੰਡਿਤ ਨੂੰ ਦੇ ਦਿਓ, ਦੋ ਸੌ ਰੁਪਈਆ ਦੇ ਦਿੱਤਾ, ਉਹ ਲੱਖ ਚੜ੍ਹ ਕੇ ਤੇਰੇ ਗੱਲ 'ਤੇ ਵਿਸ਼ਵਾਸ ਵੀ ਹੈ। ਜੇ ਵਿਸ਼ਵਾਸ ਹੈ ਨਹੀਂ ਫਿਰ ਕੁਛ ਨਹੀਂ। ਸਿਆਣੇ ਕਹਿੰਦੇ ਰੋਟੀ ਯੋਗਾ ਤਾਂ ਕਰ ਲਓ, ਮਾੜੇ ਮੋਟੇ ਵਿਹਲੇ ਬਹਿ ਕੇ ਰੋਟੀਆਂ ਖਾਣੀਆਂ ਸੰਗਤ ਨੂੰ ਕੰਮ ਮਾੜਾ ਮੋਟਾ ਇਹੇ ਦਰਜੇ ਜਿੰਨਾ ਸੌਖਾ ਉਹਨਾਂ ਔਖਾ ਵੀ ਬਹੁਤ। ਘਰ ਦਾ ਬੰਦਾ ਮਰਜ਼ੀ ਨਾਲ ਖਾ ਜਾਂਦਾ ਤੇ ਮਰਜ਼ੀ ਨਾਲ ਖਵਾ ਸਕਦਾ, ਖੁਰਾਕ ਤਾਂ ਵਾਧੂ ਆ, ਮਰਜ਼ੀ ਨਹੀਂ ਕਰ ਸਕਦਾ। ਸੱਤਰ ਗੁਣਾ ਪੁੰਨ ਵੱਧਦਾ, ਪਾਪ ਵੀ ਸੱਤਰ ਹੀ ਵੱਧਦਾ। ਜਿਹੜਾ ਗ੍ਰਿਸਤੀ ਆ ਉਹ ਕਿਸੇ ਦੇ ਪੁੰਨ ਦਿੰਦਾ ਲੈਂਦਾ ਲੈ ਲੈਂਦਾ ਦਿੰਦਾ ਨਹੀਂ, ਆਪਣੀ ਆਪਣੀ ਜਿਹੜੀ ਕਮਾਈ ਕਰ ਨਿਆਣੇ ਪਾਲ ਲੈਂਦਾ ਵੱਖਰੀ, ਜਿਹੜੇ ਗੁਰਦੁਆਰੇ ਸੇਵਾ ਕਰਦਾ ਵੱਖਰੀ, ਸਾਰਾ ਸੰਤਾਂ ਦੀ ਸੇਵਾ ਕਰਕੇ ਉਹਨਾਂ ਦੇ ਪੁੰਨ ਵੀ ਲੈ ਲੈਂਦਾ ਹੈ, ਪਤਾ ਨਹੀਂ ਤਾਂ ਕੁੱਠੀਆਂ ਮਾੜਾ ਮੁੱਟਾ ਨੂੰ ਰੋਟੀ ਪਾਣੀ ਖਾ ਉਹਨਾਂ ਦੇ ਪੁੰਨ ਵੀ ਲੈ ਲੈਂਦਾ। ਗ੍ਰਿਸਤੀ ਤਾਂ ਹੀ ਮੋਹਰੇ ਨਾ ਵੀ ਜਾਂਦਾ, ਸੰਤ ਤੇ ਉਹ ਆਪਣੀ ਕਮਾਈ ਨਹੀਂ ਕਰਦਾ ਜਾਂ ਨਾਮ ਚੱਪੇ ਫਿਰ ਪੂਰਾ। ਜਿੱਦਾਂ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਵੀ ਜਿੱਦਾਂ ਮੱਝ ਨੂੰ ਫੱਟੇ ਪਾ ਕੇ ਕੁਛ ਹੋ ਲੈਂਦਾ ਖਾਣ, ਇੰਨੀ ਗ੍ਰਿਸਤੀ ਸੇਵਾ ਕਰਕੇ ਸਾਰਾ ਸੰਤਾਂ ਦੇ ਪੁੰਨ ਲੈ ਜਾਂਦੇ, ਆਪਣੇ ਦਿੰਦੇ ਨਹੀਂ ਕਿਸੇ ਨੂੰ। ਆਪਣੇ ਜਦ ਕਿਸੇ ਦੀ ਲੱਤ ਨੂੰ ਹੱਥ ਲੱਗ ਜਾਂਦੇ ਮੈਂ ਨਹੀਂ ਕਟਾਉਣਾ, ਇਹਦੇ ਪੈਰ ਨੂੰ ਹੱਥ ਨਹੀਂ ਦਿੰਦਾ ਨਾ ਪੈਰੀਆਂ ਤਾਂ, ਤੁਹਾਨੂੰ ਡਰ ਕਾਹਦਾ ਲੱਗਾ ਜੀ ਤੁਹਾਡੇ ਕੋਲ ਮਾਨੇ ਹੈ ਕੋਲ ਹੈ ਵੀ ਹੈ ਨਹੀਂ ਪਹਿਨ ਲੈਣਾ, ਇਹਦੇ ਦਰਖਤ ਦੇ ਮੋਹਰੇ ਚੱਕ ਦੇ ਲਓ ਚੱਕ ਲਓ ਜੇ ਚੱਕ ਜਾਂ ਹੀ ਮੁੰਗੇ, ਇਹਦਾ ਮਤਲਬ ਭੰਡਾਰਾ ਭਰਿਆ ਹੋਣਾ, ਇਹਦਾ ਹੱਥ ਨਹੀਂ ਲਾਉਣ ਦਿੰਦੇ ਜਾਂ ਕਿਸੇ ਦੀ ਲੱਤਾਂ ਕੁੱਟ ਕੇ ਦੱਸ। ਪਰ ਇਹਨੇ ਠੀਕ ਹੈ ਰਹਿਣ ਦੇ, ਜਾਂ ਕੋਈ ਕੁੱਟਣ ਦਿੰਦਾ ਸੀ ਕੋਈ ਨਹੀਂ, ਪੁੰਨ ਲੈ ਲੈਣਾ ਇਹਨੇ ਮੇਰੇ ਸੇਵਾ ਕਰਕੇ ਕੁਛ ਨਾ ਕੁਛ ਪ੍ਰਾਪਤੀ ਕਰ ਲੈਣੀ। ਉਹ ਉਹੀ ਫਿਰ ਮੈਂ ਕਿਹਾ ਪੁੰਨ ਇਹ ਖੋਹ ਲੈਂਦਾ ਆਪਣੇ ਕੋਲ, ਦਿੰਦਾ ਆਪਣੇ ਨਹੀਂ ਦਿੰਦਾ। ਤਾਂ ਗ੍ਰਿਸਤੀ ਜੇ ਸਹੀ ਉਸੂਲਾਂ 'ਤੇ ਰਹਿ ਜਾਵੇ ਇਹ ਛੇਤੀ ਪ੍ਰਾਪਤੀ ਕਰ ਲਵੇ, ਸੇਵਾ ਕਰਨੀ ਗੁਰੂ ਕਰ ਜਾਵੇ ਆਪਣੀ ਕਮਾਈ ਕਰਕੇ ਖਾਣੀ, ਅਤੇ ਗੁਰੂ ਘਰ ਦੇ ਉੱਤੇ ਜਾ ਕੇ ਪੁੰਨ ਬਣਾਉਣਾ ਤਾਂ ਆਪਣਾ ਮੰਨਣਾ, ਜੋ ਮਰਜ਼ੀ ਕਰ ਖਾਵੇ ਜਿੰਨੀ ਮਰਜ਼ੀ ਕਮਾਈ ਕਰ, ਜਿੰਨੀ ਮਰਜ਼ੀ ਰੱਖੇ ਜਿੰਨਾ ਮਰਜ਼ੀ ਪਹਿਨੋ ਜਿੱਦਾਂ ਮਰਜ਼ੀ ਪਾਓ। ਮੁੰਡੇ ਚੱਲੀਏ ਪੁੱਤ, ਆਹ ਪਿਛਲਾ ਪਾਸਾ ਅੰਬਾ ਵਾਲਾ ਇਹਨੂੰ ਲਾਓ, ਹਵਾ ਚੱਲਦੀ ਹੈ, ਉਹਦਾ ਪਾਸਾ ਸ਼ੈਡ ਦੇ ਨਾਲ ਚਲੋ ਅਸੀਂ ਆਉਂਦੇ, ਇੱਕ ਜਣਾ ਟਰੈਕਟਰ ਲੈ ਚਲੋ, ਹੋਰ ਪ੍ਰਸ਼ਾਦ ਚੱਲ ਚਲੋ ਚੰਗਾ।